ਹੈਲੋ ਸਟੂਡੈਂਟ, ਟੀਵੀ ਸਕੂਲ ਤੇ ਤੁਹਾਡਾ ਸਵਾਗਤ ਹੈ। ਮੇਰਾ ਨਾਮ ਹੈ ਪ੍ਰਭਜੋਤ ਸਿੰਘ। ਮੈਂ ਤੁਹਾਨੂੰ ਕਲਾਸ 10th ਸਾਇੰਸ ਦਾ ਚੈਪਟਰ ਨੰਬਰ 5 ਕਰਾ ਰਿਹਾ ਸੀ, ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਤੋਂ ਲਾਸਟ ਕਲਾਸ ਦੇ ਵਿੱਚ ਅਸੀਂ ਹੈਨਰੀ ਮੋਸਲੇ ਦੇ ਥਰੂ ਜਿਹੜਾ ਮਾਡਰਨ ਪੀਰੀਓਡਿਕ ਟੇਬਲ ਹੈ ਉਹਦੇ ਬਾਰੇ ਆਪਾਂ ਡਿਸਕਸ਼ਨ ਕੀਤੀ ਸੀਗੀ। ਹੈਨਰੀ ਮੋਸਲੇ ਨੇ ਜਿਹੜਾ ਪੀਰੀਓਡਿਕ ਟੇਬਲ ਬਣਾਇਆ ਸੀ ਔਨ ਦਾ ਬੇਸਿਸ ਆਫ ਐਟੋਮਿਕ ਨੰਬਰ ਬਣਾਇਆ ਸੀ। ਉਹਨੇ ਇਨਕਰੀਜ਼ਿੰਗ ਆਰਡਰ ਆਫ ਐਟੋਮਿਕ ਨੰਬਰ ਦੇ ਬੇਸਿਸ 'ਤੇ ਸਾਰੇ ਐਲੀਮੈਂਟਸ ਅਰੇਂਜ ਕੀਤੇ ਅਤੇ ਉਹਨਾਂ ਨੂੰ ਕੈਟੇਗਰਾਈਜ਼ ਕੀਤਾ ਸੀਗਾ ਪੀਰੀਅਡਸ ਐਂਡ ਗਰੁੱਪ ਦੇ ਵਿੱਚ। ਆਪਾਂ ਇੱਕ ਵਾਰ ਥੋੜ੍ਹਾ ਜਿਹਾ ਰਿਵਾਈਜ਼ ਕਰਕੇ ਅੱਗੇ ਕੰਟੀਨਿਊ ਕਰਦੇ ਹਾਂ। ਸੋ ਆਪਣੇ ਕੋਲ ਕੁੱਲ ਮਿਲਾ ਕੇ 7 ਪੀਰੀਅਡ ਸੀਗੇ ਪੀਰੀਓਡਿਕ ਟੇਬਲ ਦੇ ਵਿੱਚ ਔਰ 18 ਗਰੁੱਪ ਸੀਗੇ, ਜਿਹਦੇ ਵਿੱਚੋਂ ਦੀ 7th ਪੀਰੀਅਡ ਦੇ ਵਿੱਚ ਆਪਣਾ ਡੀ ਬਲੋਕ ਐਲੀਮੈਂਟ ਦੇ ਕੁਛ ਐਲੀਮੈਂਟਸ ਨੂੰ ਥੱਲੇ ਰੱਖਿਆ ਗਿਆ ਸੀਗਾ ਕਿਉਂਕਿ ਉਹ ਐਫ ਬਲੋਕ ਐਲੀਮੈਂਟ ਨੇ। ਉਹਨਾਂ ਨੂੰ ਆਪਾਂ ਲੈਂਥੇਨੋਇਡ ਔਰ ਐਕਟੇਨੋਇਡ ਬੋਲਦੇ ਹਾਂ। ਮੈਂ ਇੱਥੇ ਮੈਨਸ਼ਨ ਨਹੀਂ ਕੀਤਾ ਹੋਇਆ, ਨਾ ਹੀ ਅਸੀਂ ਡੀ ਬਲੋਕ ਐਲੀਮੈਂਟਸ ਡਿਸਕਸ ਕਰਨੇ ਨੇ। ਅਸੀਂ ਜੋ ਪੜ੍ਹਨੇ ਨੇ ਗਰੁੱਪ 1, ਗਰੁੱਪ 2 ਤੋਂ ਲੈ ਕੇ 13 ਤੋਂ ਲੈ ਕੇ 18 ਤੱਕ ਦੇ ਐਲੀਮੈਂਟਸ ਨੂੰ ਡਿਸਕਸ ਕਰਨਾ ਹੈ। ਤਾਂ ਗਰੁੱਪ ਜਿਹੜਾ ਆਪਣੇ ਕੋਲ ਪੀਰੀਅਡ 7 ਸੀਗਾ, ਉਹਦੇ ਕੁਛ ਐਲੀਮੈਂਟਸ ਜਿਹੜੇ ਨੇ ਉਹ ਨੀਚੇ ਲਿਖੇ ਗਏ ਸੀਗੇ ਸਾਈਡ ਦੇ ਵਿੱਚ ਐਕਟੇਨੋਇਡਸ ਔਰ ਲੈਂਥੇਨੋਇਡ ਦੀ ਫੋਰਮ ਵਿੱਚ। ਉਹ ਇਸ ਕਰਕੇ ਲਿਖੇ ਗਏ ਸੀ ਕਿਉਂਕਿ ਉਹਨਾਂ ਦੀ ਪ੍ਰੋਪਰਟੀਜ਼ ਬਿਲਕੁਲ ਅਲੱਗ ਸੀਗੀਆਂ, ਅਤੇ ਅਗਰ ਇਹਦੇ ਵਿੱਚ ਹੀ ਅਸੀਂ ਉਹ ਐਲੀਮੈਂਟਸ ਨੂੰ ਲਿਖ ਲੈਂਦੇ ਤਾਂ ਬਹੁਤ ਜ਼ਿਆਦਾ ਮੈਸੀ ਲੱਗਣਾ ਸੀਗਾ। ਸੋ ਪੀਰੀਓਡਿਕ ਟੇਬਲ ਦੇਖਣ ਵਿੱਚ ਵੀ ਅੱਛਾ ਲੱਗੇ, ਇਸ ਕਰਕੇ ਉਹਨੇ ਸਭ ਤੋਂ ਐਂਡ ਵਿੱਚ ਉਹ ਐਲੀਮੈਂਟਸ ਰੱਖੇ ਸੀ ਜਿਨ੍ਹਾਂ ਨੂੰ ਅਸੀਂ ਐਫ ਬਲੋਕ ਐਲੀਮੈਂਟ ਬੋਲਦੇ ਹਾਂ। ਉਹਨਾਂ ਵਿੱਚ ਲੈਂਥੇਨੋਇਡਸ ਔਰ ਐਕਟੇਨੋਇਡਸ ਨੇ। ਫਿਰ ਅਸੀਂ ਡਿਸਕਸ ਕੀਤਾ ਸੀਗਾ ਗਰੁੱਪ ਦੇ ਨਾਮ। ਤਾਂ ਗਰੁੱਪ 1 ਨੂੰ ਅਸੀਂ ਬੋਲਦੇ ਹਾਂ ਅਲਕਲੀ ਮੈਟਲ, ਜਿਨ੍ਹਾਂ ਦੇ ਵਿੱਚ ਹਾਈਡਰੋਜਨ, ਲੀਥੀਅਮ, ਸੋਡੀਅਮ, ਪੋਟਾਸ਼ੀਅਮ, ਰਿਬੀਡੀਅਮ, ਸੀਜ਼ੀਅਮ ਅਤੇ ਫ੍ਰੈਂਚੀਅਮ ਆਉਂਦਾ ਹੈ। ਫਿਰ ਅਸੀਂ ਡਿਸਕਸ ਕੀਤੇ ਸੀ ਅਲਕਲਾਈਨ ਅਰਧ ਮੈਟਲ, ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਗਰੁੱਪ 2 ਐਲੀਮੈਂਟਸ। ਫਿਰ ਉਸ ਤੋਂ ਬਾਅਦ 3 ਤੋਂ ਲੈ ਕੇ 12 ਤੱਕ ਦੇ ਐਲੀਮੈਂਟਸ ਨੂੰ ਅਸੀਂ ਡੀ ਬਲੋਕ ਐਲੀਮੈਂਟ ਜਾਂ ਟ੍ਰਾਂਜੀਸ਼ਨ ਮੈਟਲ ਬੋਲਦੇ ਹਾਂ। ਅਸੀਂ ਕਿਉਂ ਬੋਲਦੇ ਹਾਂ ਟ੍ਰਾਂਜੀਸ਼ਨ ਮੈਟਲਸ? ਕਿਉਂਕਿ ਇਸ ਸਾਈਡ 'ਤੇ ਮੈਟਲਸ ਨੇ ਔਰ ਜਿੱਦਾਂ ਹੀ ਅਸੀਂ ਗਰੁੱਪ 13 ਦੀ ਤਰਫ ਮੂਵ ਕਰਾਂਗੇ ਤਾਂ ਮੈਟਲ ਕਰੈਕਟਰ ਕਿਹਦੇ ਚੇਂਜ ਹੋ ਰਿਹਾ ਹੈ? ਨੋਨ ਮਟੈਲਿਕ ਕਰੈਕਟਰ ਦੇ ਵਿੱਚ। ਤੋ ਇਸ ਕਰਕੇ ਜਿਹੜੇ 13 ਤੋਂ ਲੈ ਕੇ 12 ਤੱਕ ਦੇ ਐਲੀਮੈਂਟ ਨੇ ਉਹ ਕੀ ਕਰ ਰਹੇ ਨੇ, ਮਟੈਲਿਕ ਪ੍ਰੋਪਰਟੀ ਨੂੰ ਚੇਂਜ ਕਰਵਾ ਰਹੇ ਨੇ ਨੋਨ ਮਟੈਲਿਕ ਪ੍ਰੋਪਰਟੀਜ਼ ਦੇ ਵਿੱਚ। ਇਸ ਕਰਕੇ ਇਹਨਾਂ ਨੂੰ ਆਪਾਂ ਟ੍ਰਾਂਜੀਸ਼ਨ ਮੈਟਲਸ ਬੋਲਦੇ ਹਾਂ ਗਰੁੱਪ 33 ਤੋਂ ਲੈ ਕੇ ਗਰੁੱਪ 12 ਤੱਕ। ਬਟ ਇਹਨਾਂ ਦੀ ਡਿਸਕਸ਼ਨ ਹਾਲੇ ਆਪਾਂ ਨਹੀਂ ਕਰਨੀ, ਇਹ ਤੁਸੀਂ ਪਲੱਸ 1 ਔਰ ਪਲੱਸ 2 ਦੇ ਵਿੱਚ ਜਾ ਕੇ ਡਿਸਕਸ ਕਰੋਗੇ। ਫਿਰ ਅਸੀਂ ਪੜ੍ਹਿਆ ਗਰੁੱਪ 13 ਵਾਲੇ ਦਾ ਨਾਮ, ਬੋਰੋਨ ਫੈਮਿਲੀ ਬੋਲਦੇ ਹਾਂ ਕਿਉਂਕਿ ਇਹਦਾ ਸਟਾਰਟਿੰਗ ਐਲੀਮੈਂਟ ਕੌਣ ਹੈ? ਬੋਰੋਨ। ਸੋ ਬੋਰੋਨ ਫੈਮਿਲੀ 'ਚ ਇਹ ਸਾਰੇ ਮੈਂਬਰਸ ਆਉਣਗੇ ਜੋ ਕਿ ਲਿਸਟ ਕੀਤੇ ਹੋਏ ਨੇ ਅਸੀਂ। ਫਿਰ ਅਸੀਂ ਗਰੁੱਪ 14 ਦਾ ਨਾਮ ਪੜ੍ਹਿਆ ਸੀ ਕਾਰਬਨ ਫੈਮਿਲੀ, ਕਿਉਂਕਿ ਇਹਦਾ ਸਟਾਰਟਿੰਗ ਐਲੀਮੈਂਟ ਕੀ ਹੈ? ਕਾਰਬਨ ਹੈ। ਦੈਨ ਅਸੀਂ ਗਰੁੱਪ 15 ਵਾਲੇ ਦਾ ਨਾਮ ਰੱਖਿਆ ਸੀ ਨਾਈਟਰੋਜਨ ਫੈਮਿਲੀ, ਕਿਉਂਕਿ ਇਹਦਾ ਵੀ ਸਟਾਰਟਿੰਗ ਐਲੀਮੈਂਟ ਕੀ ਹੈ? ਨਾਈਟਰੋਜਨ। ਦੈਨ ਗਰੁੱਪ 16 ਨੂੰ ਆਪਾਂ ਆਕਸੀਜਨ ਫੈਮਿਲੀ ਬੋਲਦੇ ਹਾਂ ਕਿਉਂਕਿ ਇਹਦਾ ਸਟਾਰਟਿੰਗ ਐਲੀਮੈਂਟ ਕੀ ਹੈ? ਆਕਸੀਜਨ। ਦੈਨ ਗਰੁੱਪ 17 ਵਾਲਿਆਂ ਨੂੰ ਅਸੀਂ ਬੋਲਦੇ ਹਾਂ ਹੈਲੋਜਨਸ, ਜਿਨ੍ਹਾਂ ਵਿੱਚ ਆ ਗਏ ਫਲੋਰੀਨ, ਕਲੋਰੀਨ, ਬਰੋਮੀਨ, ਆਇਓਡੀਨ, ਐਸਟੀਟੀਨ ਐਂਡ UUS। ਦੈਨ ਉਸ ਤੋਂ ਬਾਅਦ ਆ ਗਏ ਨੋਬਲ ਗੈਸਿਸ, ਜਾਂ ਇਹਨਾਂ ਨੂੰ ਇਨਰਟ ਗੈਸਿਸ ਬੋਲਦੇ ਹੋ, ਜੋ ਕਿ ਨੇ ਹੀਲੀਅਮ, ਨਿਓਨ, ਆਰਗਨ, ਕ੍ਰਿਪਟੋਨ, ਜ਼ੀਨੋਨ, ਰੈਡੋਨ ਐਂਡ UUO। ਫਿਰ ਅਸੀਂ ਇਹ ਵੀ ਡਿਸਕਸ ਕੀਤਾ ਸੀਗਾ ਜਿਹੜੇ ਪੀਰੀਅਡ 7 ਦੇ ਐਲੀਮੈਂਟਸ ਨੇ ਆਲਮੋਸਟ ਰੇਡੀਓ ਐਕਟਿਵ ਨੇ, ਇਸ ਕਰਕੇ ਆਪਾਂ ਇਹਨਾਂ ਬਾਰੇ ਵੀ ਡਿਸਕਸ ਨਹੀਂ ਕਰਾਂਗੇ। ਤੋ ਇਹ ਆਪਣੀ ਸਟੱਡੀ ਸੀਗੀ। ਇਸ ਤੋਂ ਇਲਾਵਾ ਅਸੀਂ ਪੜ੍ਹਿਆ ਸੀਗਾ ਕਿ ਗਰੁੱਪਸ ਦੀ ਹੈਲਪ ਨਾਲ ਸਾਨੂੰ ਵੈਲੈਂਸ ਇਲੈਕਟ੍ਰੋਨ ਪਤਾ ਲੱਗ ਸਕਦੇ ਨੇ, ਜਿਵੇਂ ਕਿ ਅਸੀਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਗਰੁੱਪ 1 ਔਰ ਗਰੁੱਪ 2 ਦੀ। ਗਰੁੱਪ 1 ਦੇ ਵਿੱਚ ਵੈਲੈਂਸ ਇਲੈਕਟ੍ਰੋਨ ਇੱਕ ਇੱਕ ਸੀਗੇ, ਹਾਈਡਰੋਜਨ ਦਾ ਵੀ ਵੈਲੈਂਸ ਇਲੈਕਟ੍ਰੋਨ ਇੱਕ ਸੀ, ਲੀਥੀਅਮ ਦਾ ਵੀ ਇੱਕ ਸੀ, ਸੋਡੀਅਮ ਦਾ ਵੀ ਇੱਕ ਸੀ, ਪੋਟਾਸ਼ੀਅਮ ਦਾ ਵੀ ਇੱਕ ਸੀ, ਰੂਬੀਡੀਅਮ ਦਾ ਵੀ ਇੱਕੋ ਹੀ ਸੀ, ਸੀਜ਼ੀਅਮ ਦਾ ਵੀ ਇੱਕੋ ਹੀ ਸੀ, ਫ੍ਰੈਂਚੀਅਮ ਦਾ ਵੀ ਵੈਲੈਂਸ ਇਲੈਕਟ੍ਰੋਨ ਕੀ ਸੀ? ਇੱਕੋ ਹੀ ਸੀ। ਤੋ ਇੱਥੋਂ ਅਸੀਂ ਕੀ ਕੰਕਲੂਜਨ ਕੱਢਿਆ ਕਿ ਅਗਰ ਮੰਨ ਲਓ ਸਾਨੂੰ ਕਿਸੇ ਵੀ ਐਟਮ ਕਿਸੇ ਵੀ ਐਲੀਮੈਂਟ ਦਾ
ਐਟੋਮਿਕ ਨੰਬਰ ਨਹੀਂ ਪਤਾ, ਬਟ ਜੇ ਮੈਨੂੰ ਪਤਾ ਹੈ ਕਿ ਕਿਹੜੇ ਗਰੁੱਪ ਵਿੱਚ ਉਹ ਬਿਲੋਂਗ ਕਰਦਾ ਹੈ ਅਤੇ ਤਾਂ ਮੈਂ ਰਫ ਆਈਡੀਆ ਦੇ ਸਕਦਾ ਵਾਂ ਕਿ ਉਹਦੇ ਕਿੰਨੇ ਬੈਲੈਂਸ ਇਲੈਕਟ੍ਰੋਨ ਹੋਣਗੇ। ਫੋਰ ਐਗਜ਼ਾਮਪਲ, ਜਿਵੇਂ ਕਿ ਮੈਨੂੰ ਰੁਬੀਡੀਅਮ ਦਾ ਐਟੋਮਿਕ ਨੰਬਰ ਨਹੀਂ ਪਤਾ, ਲੈਟ ਅਸ ਸਪੋਜ਼ ਸਾਨੂੰ ਰੁਬੀਡੀਅਮ ਦਾ ਐਟੋਮਿਕ ਨੰਬਰ ਨਹੀਂ ਪਤਾ, ਬਟ ਮੈਨੂੰ ਪਤਾ ਰੁਬੀਡੀਅਮ ਕਿਹੜੇ ਗਰੁੱਪ ਨੂੰ ਬਿਲੋਂਗ ਕਰਦਾ ਹੈ, ਗਰੁੱਪ 1 ਨੂੰ। ਤਾਂ ਜੋ ਹਾਈਡਰੋਜਨ ਦੇ ਵੈਲੈਂਸ ਇਲੈਕਟ੍ਰੋਨ ਹੋਣਗੇ ਉਹੀ ਰੁਬੀਡੀਅਮ ਦੇ ਵੈਲੈਂਸ ਇਲੈਕਟ੍ਰੋਨ ਹੋਣਗੇ। ਹਾਈਡਰੋਜਨ ਦਾ ਐਟੋਮਿਕ ਨੰਬਰ ਤਾਂ ਬਹੁਤ ਸਿੰਪਲ ਹੈ, ਹਾਈਡਰੋਜਨ ਦਾ ਐਟੋਮਿਕ ਨੰਬਰ ਹੁੰਦਾ ਹੈ 1, ਸੋ ਇਹਨਾਂ ਤੋਂ ਇਹਦੇ ਕੋਲ ਕਿੰਨੇ ਬੈਲੈਂਸ ਇਲੈਕਟ੍ਰੋਨ ਹੈ 1। ਤਾਂ ਸਿਮਿਲਰ ਮੈਨਰ ਦੇ ਨਾਲ ਰੁਬੀਡੀਅਮ ਕੋਲ ਵੀ ਕਿੰਨੇ ਬੈਲੈਂਸ ਇਲੈਕਟ੍ਰੋਨ ਆ ਜਾਣਗੇ 1। ਫਿਰ ਅਸੀਂ ਦੇਖਿਆ ਸੀਗਾ ਗਰੁੱਪ 2 ਦੇ ਵਿੱਚ ਬੈਲੈਂਸ ਇਲੈਕਟ੍ਰੋਨ ਕਿੰਨੇ ਸੀਗੇ 2। ਸੇਮ ਤਰੀਕੇ ਨਾਲ ਮੰਨ ਲਓ ਮੈਨੂੰ ਹੁਣ ਬੇਰੀਅਮ ਉਹਦਾ ਐਟੋਮਿਕ ਨੰਬਰ ਨਹੀਂ ਪਤਾ, ਬਟ ਮੈਂ ਉਹਦੇ ਬੈਲੈਂਸ ਇਲੈਕਟ੍ਰੋਨ ਦੱਸਦਾ ਕਿਉਂਕਿ ਮੈਨੂੰ ਪਤਾ ਹੈ ਕਿਹੜੇ ਗਰੁੱਪ ਨੂੰ ਬਿਲੋਂਗ ਕਰਦਾ ਹੈ ਗਰੁੱਪ 2 ਨੂੰ, ਬੀਰੇਲੀਅਮ ਦਾ ਐਟੋਮਿਕ ਨੰਬਰ ਜਾਂ ਮੈਗਨੀਸ਼ੀਅਮ ਦਾ, ਜੋ ਵੀ ਛੋਟੇ ਵਾਲੇ ਐਲੀਮੈਂਟਸ ਨੇ ਇਹਨਾਂ ਦੇ ਐਟੋਮਿਕ ਨੰਬਰ ਤਾਂ ਤੁਹਾਨੂੰ ਕੁਛ ਕੁਛ ਪਤਾ ਹੀ ਨਹੀਂ ਪਤਾ ਹੋਣਗੇ, ਥੋੜ੍ਹੇ ਬਹੁਤੇ ਤੁਹਾਨੂੰ ਯਾਦ ਵੀ ਰੱਖਣੇ ਪੈਣਗੇ। ਸੋ ਮੰਨ ਲਓ ਮੈਨੂੰ ਬੀਰੇਲੀਅਮ ਦਾ ਐਟੋਮਿਕ ਨੰਬਰ ਪਤਾ ਸੀ, ਬੀਰੇਲੀਅਮ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ ਹੈ 4, ਤਾਂ ਮੈਂ ਲਿਖਿਆ 2,2। ਤਾਂ ਕਿਉਂਕਿ ਇਹਦੇ ਕੋਲ ਬੈਲੈਂਸ ਇਲੈਕਟ੍ਰੋਨ 2 ਨੇ, ਇਸ ਕਰਕੇ ਸਾਰੇ ਮੈਂਬਰਸ ਕੋਲ ਬੈਲੈਂਸ ਇਲੈਕਟ੍ਰੋਨ ਕੀ ਆਉਣਗੇ 2। ਸੋ ਸਾਨੂੰ ਇਹ ਪਤਾ ਲੱਗਾ ਸੀ ਗਰੁੱਪਸ ਦੇ ਵਿੱਚ ਬੈਲੈਂਸ ਇਲੈਕਟ੍ਰੋਨ ਕੀ ਰਹਿੰਦੇ ਨੇ ਸੇਮ। ਫਿਰ ਅਸੀਂ ਪੀਰੀਅਡਸ ਦੀ ਗੱਲ ਕੀਤੀ ਸੀਗੀ, ਪੀਰੀਅਡ ਨੰਬਰ ਕੀ ਰਿਪ੍ਰਜੈਂਟ ਕਰਦਾ ਹੈ, ਕਿੰਨੇ ਸ਼ੈਲਸ ਨੇ। ਜਿਵੇਂ ਕਿ ਮੰਨ ਲਓ ਪੋਟਾਸ਼ੀਅਮ ਦੀ ਗੱਲ ਕਰੀਏ, ਤਾਂ ਪੋਟਾਸ਼ੀਅਮ ਕੋਲ ਕਿੰਨੇ ਸ਼ੈਲਸ ਨੇ, ਕਿੰਨੇ ਸ਼ੈਲਸ ਵਿੱਚ ਇਲੈਕਟ੍ਰੋਨ ਪਏ ਨੇ, ਸੋ 4 ਸ਼ੈਲਸ ਵਿੱਚ ਇਲੈਕਟ੍ਰੋਨ ਪਏ ਨੇ। ਸੇਮ ਤਰੀਕੇ ਨਾਲ ਸੋਡੀਅਮ ਦੇ ਕੇਸ ਵਿੱਚ 3 ਸ਼ੈਲਸ ਵਿੱਚ ਇਲੈਕਟ੍ਰੋਨ ਪਏ ਨੇ, ਲੀਥੀਅਮ ਦੇ ਕੇਸ ਵਿੱਚ 2 ਸ਼ੈਲਸ ਵਿੱਚ ਇਲੈਕਟ੍ਰੋਨ ਪਏ ਨੇ, ਅਤੇ ਹਾਈਡਰੋਜਨ ਦੇ ਕੇਸ ਵਿੱਚ 1 ਸ਼ੈਲ ਵਿੱਚ ਇਲੈਕਟ੍ਰੋਨ ਪਿਆ ਹੋਇਆ। ਅਤੇ ਆਪਾਂ ਇਹਦੀ ਵੀ ਐਗਜ਼ਾਮਪਲ ਨਾਲ ਡਿਸਕਸ ਕੀਤਾ ਸੀਗਾ ਔਰ ਪਰੂਫ ਹੋ ਰਿਹਾ ਸੀਗਾ। ਅਤੇ ਅੱਛਾ, ਫਿਰ ਇਹਦੇ ਨਾਲ ਹੈਲਪ ਕੀ ਮਿਲੀ ਮੈਨੂੰ, ਮੰਨ ਲਓ ਕਿ ਮੈਨੂੰ ਹੁਣ ਇਹਦਾ ਐਟੋਮਿਕ ਨੰਬਰ ਪਤਾ ਕਰਨਾ, ਇਹਦਾ ਐਟੋਮਿਕ ਨੰਬਰ ਪਤਾ ਕਰਨਾ, ਤਾਂ ਮੈਂ ਕਿਸ ਤਰੀਕੇ ਨਾਲ ਦੇਖ ਸਕਦਾ, ਕਿਉਂਕਿ ਮੈਨੂੰ ਪਤਾ ਹੈ ਕਿ ਕਿਹੜੇ ਗਰੁੱਪ ਨੂੰ ਬਿਲੋਂਗ ਕਰਦਾ ਹੈ 1, ਤਾਂ ਇਹਦਾ ਮਤਲਬ ਇਹਦੇ ਕੋਲ ਬੈਲੈਂਸ ਇਲੈਕਟ੍ਰੋਨ ਤਾਂ 1 ਹੀ ਹੈ, ਬਟ ਕਿੰਨੀਆਂ ਸ਼ੈਲਸ ਨੇ 5। ਤਾਂ ਮੈਂ 5 ਸ਼ੈਲਸ ਬਣਾ ਲੂੰਗਾ, 1, 2, 4, 5। ਸੋ ਇਹ ਮੈਂ ਰੁਬੀਡੀਅਮ ਦੇ ਐਗਜ਼ਾਮਪਲ ਦੇ ਰਿਹਾ ਤੁਹਾਨੂੰ। ਜਿਵੇਂ ਮੰਨ ਲਓ ਮੈਨੂੰ ਰੁਬੀਡੀਅਮ ਦਾ ਐਟੋਮਿਕ ਨੰਬਰ ਦੇਖਣਾ ਹੈ, ਮੈਨੂੰ ਪਤਾ ਹੈ ਰੁਬੀਡੀਅਮ ਕਿਹੜੇ ਪੀਰੀਅਡ ਨੂੰ ਬਿਲੋਂਗ ਕਰਦਾ ਹੈ 5th ਪੀਰੀਅਡ ਨੂੰ, ਔਰ ਕਿਹੜੇ ਗਰੁੱਪ ਨੂੰ ਬਿਲੋਂਗ ਕਰਦਾ ਹੈ ਗਰੁੱਪ 1 ਨੂੰ। ਤਾਂ ਗਰੁੱਪ 1 ਦੇ ਵਿੱਚ ਬੈਲੈਂਸ ਇਲੈਕਟ੍ਰੋਨ 1 ਹੁੰਦਾ, ਇਹਨਾਂ ਤੋਂ ਲਾਸਟ ਸ਼ੈਲ ਵਿੱਚ ਤਾਂ 1 ਇਲੈਕਟ੍ਰੋਨ ਹੈ। ਹੁਣ ਜਿਹੜੇ ਰਹਿ ਗਏ 5 ਅੰਦਰ ਵਾਲੀ ਓਰਬਿਟਲਸ, ਜਿਹੜੀਆਂ 4 ਬਚ ਗਈਆਂ ਨੇ, ਉਹਨਾਂ 'ਚ ਪੂਰੇ ਪੂਰੇ ਇਲੈਕਟ੍ਰੋਨਸ ਪਏ ਹੋਣਗੇ। ਸੋ ਪਹਿਲੀ ਸ਼ੈਲ 'ਚ 2 ਇਲੈਕਟ੍ਰੋਨ ਹੋਣਗੇ, ਦੂਸਰੀ ਸ਼ੈਲ 'ਚ 8 ਇਲੈਕਟ੍ਰੋਨ ਹੋਣਗੇ, ਤਾਂ 1, 2, 3, 4, 5, 6, 7, 8। ਇੱਦਾਂ ਹੀ ਅਗਲੀ ਸ਼ੈਲ 'ਚ 8 ਇਲੈਕਟ੍ਰੋਨ ਹੋਣਗੇ, 1, 2, 3, 4, 5, 6, 7, 8। ਇੱਦਾਂ ਹੀ ਅਗਲੀ ਸ਼ੈਲ 'ਚ 18 ਇਲੈਕਟ੍ਰੋਨ ਹੋਣਗੇ, 1, 2, 3, 4, 5, 6, 7, 8, 9, 10, 11, 12, 13, 14, 15, 16, 17, 18। ਔਰ ਲਾਸਟ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੋਣਗੇ, 1 ਹੋਣਗੇ, ਕਿਉਂਕਿ ਇਹਦੀਆਂ 5 ਸ਼ੈਲਸ ਸੀਗੀਆਂ। ਮੈਂ 5 ਸ਼ੈਲਸ ਬਣਾ ਕੇ ਲਾਸਟ 'ਚ 1 ਇਲੈਕਟ੍ਰੋਨ ਲਿਖ ਕੇ ਬਾਕੀ ਸਾਰੀਆਂ ਅੰਦਰ ਵਾਲੀ ਸ਼ੈਲਸ ਨੂੰ ਭਰ ਦਿੱਤਾ, ਤਾਂ ਜਿੰਨੇ ਵੀ ਟੋਟਲ ਇਲੈਕਟ੍ਰੋਨ ਹੋਣਗੇ ਉਹੀ ਇਹਦਾ ਕੀ ਹੋਏਗਾ ਐਟੋਮਿਕ ਨੰਬਰ। ਸੋ ਇਹਦਾ ਐਟੋਮਿਕ ਨੰਬਰ ਕੀ ਹੋ ਗਿਆ, 2, 2+8, 10, 10+8, 18, 18+8, 18, ਇਹ ਆ ਜੂਗਾ 16, 16 ਔਰ 36+1, 37। ਸੋ ਰੁਬੀਡੀਅਮ ਦਾ ਐਟੋਮਿਕ ਨੰਬਰ ਕੀ ਹੋਏਗਾ, 37। ਸੋ ਇਸ ਤਰੀਕੇ ਦੇ ਨਾਲ ਅਸੀਂ ਸਮਝਿਆ ਸੀਗਾ ਕਿ ਕਿਸ ਤਰੀਕੇ ਨਾਲ ਕਿਸੇ ਵੀ ਐਲੀਮੈਂਟ ਦੇ ਅਸੀਂ ਬੈਲੈਂਸ ਇਲੈਕਟ੍ਰੋਨ ਅਤੇ ਉਹਦਾ ਐਟੋਮਿਕ ਨੰਬਰ ਦੱਸ ਸਕਦੇ ਹਾਂ। ਬਸ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿਹੜੇ ਗਰੁੱਪ ਨੂੰ ਬਿਲੋਂਗ ਕਰਦਾ ਅਤੇ ਕਿਹੜੇ ਪੀਰੀਅਡ ਨੂੰ, ਜਿਵੇਂ ਕਿ ਮੈਂ ਰੁਬੀਡੀਅਮ ਦੇ ਐਗਜ਼ਾਮਪਲ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਰੁਬੀਡੀਅਮ ਗਰੁੱਪ 1 ਨੂੰ ਬਿਲੋਂਗ ਕਰਦਾ ਸੀ, ਤਾਂ ਇਹਨਾਂ ਦੇ ਕੋਲ 1 ਬੈਲੈਂਸ ਇਲੈਕਟ੍ਰੋਨ ਹੈ, ਕਿਉਂਕਿ ਹਾਈਡਰੋਜਨ ਕੋਲ 1 ਬੈਲੈਂਸ ਇਲੈਕਟ੍ਰੋਨ ਹੈ, ਤਾਂ ਇਹਨਾਂ ਤੋਂ ਸਾਰੇ ਮੈਂਬਰਸ ਕੋਲ 1 ਬੈਲੈਂਸ ਇਲੈਕਟ੍ਰੋਨ ਹੈ।
ਬਟ ਰੂਬੀਡੀਅਮ ਕਿਹੜੇ ਪੀਰੀਅਡ ਨੂੰ ਬਿਲੋਂਗ ਕਰਦਾ ਹੈ? ਫਿਫਥ ਪੀਰੀਅਡ ਨੂੰ. ਇਹਦਾ ਮਤਲਬ ਇਹਦੇ ਕੋਲ 5 ਸ਼ੈਲਸ ਨੇ. ਸੋ ਅਸੀਂ ਇਲੈਕਟ੍ਰੋਨ ਭਰ ਕੇ ਦੇਖਿਆ ਅਟੋਮਿਕ ਨੰਬਰ ਕੀ ਆ ਗਿਆ, 37. ਤੁਸੀਂ ਵੈਰੀਫਾਈ ਵੀ ਕਰ ਸਕਦੇ ਹੋ ਆਪਣੇ ਪ੍ਰਿਓਰਟੀ ਟੇਬਲ ਦੇ ਵਿੱਚ, ਉੱਥੇ ਅਟੋਮਿਕ ਨੰਬਰ ਲਿਖਿਆ ਹੋਇਆ ਰੂਬੀਡੀਅਮ ਦਾ 37. ਸੋ ਇਸ ਹੈਲਪ ਨਾਲ ਗਰੁੱਪਸ ਔਰ ਪੀਰੀਅਡ ਦੇ ਨਾਲ ਸਾਨੂੰ ਕਿਸੇ ਵੀ ਐਲੀਮੈਂਟ ਦੇ ਇਲੈਕਟ੍ਰੋਨਸ ਪਤਾ ਲੱਗ ਸਕਦੇ ਨੇ, ਵੈਲੈਂਸ ਇਲੈਕਟ੍ਰੋਨ ਪਤਾ ਲੱਗ ਸਕਦੇ ਨੇ, ਅਤੇ ਨੰਬਰ ਆਫ ਸ਼ੈਲਸ ਪਤਾ ਲੱਗ ਸਕਦੀਆਂ ਨੇ. ਔਰ ਇਸ ਤੋਂ ਇਲਾਵਾ ਅਸੀਂ ਸਮਝਿਆ ਸੀਗਾ ਕਿ ਜਿਹੜੇ ਆਪਣੇ ਬੋਰੋਨ, ਸਿਲੀਕਨ, ਜਰਮੇਨੀਅਮ, ਆਰਸਨਿਕ, ਟੀਈ ਐਂਡ ਪੋਲੋਨੀਅਮ, ਇਹ ਸਾਰੇ ਕੀ ਨੇ? ਮੈਟਲੋਇਡਸ ਨੇ, ਜੋ ਕਿ ਮੈਂ ਰੈੱਡ ਕਲਰ ਦੇ ਨਾਲ ਇੱਥੇ ਲਿਖੇ ਹੋਏ ਨੇ. ਸੋ ਮੈਟਲੋਇਡਸ ਕੀ ਹੁੰਦੇ ਨੇ? ਉਹ ਐਲੀਮੈਂਟ ਜਿਨ੍ਹਾਂ ਦੀ ਪ੍ਰੋਪਰਟੀਜ਼ ਮੈਟਲ ਐਂਡ ਨੋਨ ਮੈਟਲ ਦੋਨਾਂ ਵਰਗੀ ਹੁੰਦੀ ਹੈ. ਸੋ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਮੈਂ ਦੱਸਿਆ ਸੀਗਾ ਕਿ ਅਗਰ ਤੁਹਾਨੂੰ ਕੋਈ ਬੋਲੇ ਪੀਰੀਅਡ ਥਰਡ ਦਾ ਮੈਟਲੋਇਡ ਲਿਖੋ, ਸੋ ਪੀਰੀਅਡ ਥਰਡ ਦਾ ਮੈਟਲੋਇਡ ਕੌਣ ਹੈ? ਸਿਲੀਕਨ. ਤੋ ਤੁਸੀਂ ਆਂਸਰ ਲਿਖਿਆ ਹੋਗੇ ਸਿਲੀਕਨ. ਅਗਰ ਕੋਈ ਬੋਲੇ ਕਿ ਗਰੁੱਪ 15th ਦੇ, ਗਰੁੱਪ 15 ਦਾ ਮੈਟਲੋਇਡ ਦੱਸੋ, ਤਾਂ ਗਰੁੱਪ 15 ਦੇ ਵਿੱਚ ਮੈਟਲੋਇਡ ਕੌਣ ਆ ਰਿਹਾ? ਆਰਸਨਿਕ. ਤੋ ਇਸ ਤਰੀਕੇ ਨਾਲ ਤੁਹਾਨੂੰ ਮੈਟਲੋਇਡਸ ਵੈਸੇ ਵੀ ਯਾਦ ਰੱਖਣੇ ਨੇ, ਅਤੇ ਮੈਟਲੋਇਡਸ ਪਤਾ ਹੋਣਾ ਚਾਹੀਦਾ ਕਿਹੜੇ ਗਰੁੱਪ ਅਤੇ ਕਿਹੜੇ ਪੀਰੀਅਡ ਵਿੱਚ ਕਿਹੜਾ ਮੈਟਲੋਇਡ ਆ ਰਿਹਾ ਹੈ. ਫਿਰ ਅਗਰ ਤੁਸੀਂ ਧਿਆਨ ਨਾਲ ਦੇਖੋ, ਮੈਂ ਇੱਥੇ ਡਿਫਰੈਂਟ ਡਿਫਰੈਂਟ ਕਲਰਸ ਯੂਜ਼ ਕੀਤੇ ਨੇ. ਇੱਥੇ ਔਰੇਂਜ ਕਲਰ ਜਿਹੜਾ ਰਿਪ੍ਰਜੈਂਟ ਕਰ ਰਿਹਾ, ਉਹ ਸਾਰੇ ਮੈਟਲਸ ਨੂੰ ਰਿਪ੍ਰਜੈਂਟ ਕਰ ਰਿਹਾ. ਯੈਲੋ ਕਲਰ ਨਾਲ ਜੋ ਮੈਂ ਲਿਖਿਆ ਹੈ, ਉਹ ਸਾਰੇ ਨੋਨ ਮੈਟਲਸ ਰਿਪ੍ਰਜੈਂਟ ਕਰ ਰਹੇ ਨੇ, ਅਤੇ ਜਿਹੜੇ ਮੈਂ ਰੈੱਡ ਕਲਰ ਨਾਲ ਲਿਖੇ ਨੇ, ਉਹ ਸਾਰੇ ਕੀ ਰਿਪ੍ਰਜੈਂਟ ਕਰ ਰਹੇ ਨੇ? ਮੈਟਲੋਇਡਸ. ਅਤੇ ਜਿਹੜੇ ਮੈਂ ਪਰਪਲ ਨਾਲ ਲਿਖੇ ਨੇ, ਉਹ ਗਰੁੱਪ ਨੰਬਰ ਔਰ ਪੀਰੀਅਡ ਨੰਬਰ ਸਪੈਸੀਫਾਈ ਕਰ ਰਹੇ ਨੇ. ਸੋ ਤੁਹਾਨੂੰ ਪ੍ਰਿਓਡਿਕ ਟੇਬਲ ਮੈਂ ਕਿਹਾ ਸੀਗਾ ਅੱਛੀ ਤਰੀਕੇ ਨਾਲ ਯਾਦ ਕਰਨ ਵਾਸਤੇ. ਉਮੀਦ ਕਰਦਾ ਤੁਸੀਂ ਇਹਨੂੰ ਯਾਦ ਕੀਤਾ ਹੋਏਗਾ. ਹੁਣ ਆਪਾਂ ਪ੍ਰਿਓਡਿਕ ਟੇਬਲ ਦੀ ਅੱਗੇ ਡਿਸਕਸ਼ਨ ਸ਼ੁਰੂ ਕਰਦੇ ਹਾਂ. ਸੋ ਆਪਾਂ ਕੁਝ ਫੀਚਰਸ ਭਰਦੇ ਹਾਂ. ਸਭ ਤੋਂ ਪਹਿਲਾਂ ਲਿਖਿਆ ਸ਼ੋਰਟੈਸਟ ਪੀਰੀਅਡ. ਉਹ ਪੀਰੀਅਡ ਦਾ ਨਾਮ ਦੱਸੋ ਜਿਹੜਾ ਸਭ ਤੋਂ ਸ਼ੋਰਟੈਸਟ ਹੈ. ਤਾਂ ਸਾਨੂੰ ਦਿਖ ਰਿਹਾ ਫਸਟ ਪੀਰੀਅਡ ਹੀ ਸ਼ੋਰਟੈਸਟ ਪੀਰੀਅਡ ਹੈ, ਜਿਹਦੇ ਸਿਰਫ ਦੋ ਹੀ ਐਲੀਮੈਂਟਸ ਨੇ, ਇੱਕ ਹਾਈਡਰੋਜਨ ਅਤੇ ਇੱਕ ਹੀਲੀਅਮ. ਸੋ ਸ਼ੋਰਟੈਸਟ ਪੀਰੀਅਡ ਕਿਹੜਾ ਹੈ? ਪੀਰੀਅਡ 1. ਔਰ ਉਹਦੇ 'ਚ ਕਿਹੜੇ ਕਿਹੜੇ ਐਲੀਮੈਂਟਸ ਨੇ? ਹਾਈਡਰੋਜਨ ਅਤੇ ਹੀਲੀਅਮ. ਨੈਕਸਟ ਹੈ ਸ਼ੋਰਟ ਪੀਰੀਅਡਸ. ਸ਼ੋਰਟ ਪੀਰੀਅਡ ਮਤਲਬ ਜਿਹੜੇ ਵਿਚਕਾਰ ਕਿਤੇ ਆ ਰਹੇ ਨੇ, ਨਾ ਹੀ ਸਭ ਤੋਂ ਛੋਟੇ ਅਤੇ ਨਾ ਹੀ ਸਭ ਤੋਂ ਵੱਡੇ. ਸੋ ਕਿਹੜੇ ਕਿਹੜੇ ਪੀਰੀਅਡ ਹੋਣਗੇ ਆਪਣੇ ਗਰੁੱਪ 2, ਸੋਰੀ ਪੀਰੀਅਡ 2, ਪੀਰੀਅਡ 3. ਸੋ ਪੀਰੀਅਡ 2, ਪੀਰੀਅਡ 3, ਇਹ ਸਾਰੇ ਕੀ ਹੋ ਗਏ? ਸ਼ੋਰਟ ਪੀਰੀਅਡ. ਦੈਨ ਅੱਗੇ ਉਹਨੇ ਬੋਲਿਆ ਲੌਂਗ ਪੀਰੀਅਡ. ਲੌਂਗ ਪੀਰੀਅਡ ਤੁਹਾਡੇ ਸ਼ੁਰੂ ਹੁੰਦੇ ਨੇ ਪੀਰੀਅਡ 4, 5, 6, ਇੱਦਾਂ ਦੇ ਪੀਰੀਅਡਸ ਨੂੰ ਸਾਰਿਆਂ ਨੂੰ ਤੁਸੀਂ ਕੀ ਬੋਲਦੇ ਹੋ? ਲੌਂਗ ਪੀਰੀਅਡ, ਕਿਉਂਕਿ ਜਦੋਂ ਤੁਸੀਂ ਐਲੀਮੈਂਟਸ ਕਾਊਂਟ ਕਰੋਗੇ ਤੁਹਾਨੂੰ ਇੱਥੇ ਐਲੀਮੈਂਟਸ ਕੀ ਨਿਕਲਣਗੇ? ਜ਼ਿਆਦਾ ਦਿਖਣਗੇ. ਲੌਂਗੈਸਟ ਪੀਰੀਅਡ ਜਿਹੜੇ ਨੇ ਸਾਡੇ 6th ਐਂਡ 7th ਪੀਰੀਅਡ ਹੀ ਹੈ. ਸੋ ਇੱਥੇ ਜਦੋਂ ਤੁਸੀਂ ਲੌਂਗ ਪੀਰੀਅਡ ਲਿਖ ਰਹੇ ਹੋ ਤਾਂ 4 ਔਰ 5 ਲਿਖ ਲਓਗੇ, ਲੌਂਗੈਸਟ ਪੀਰੀਅਡ ਵਿੱਚ 6 ਲਿਖੋਗੇ, ਅਤੇ ਜਿਹੜਾ ਇਨਕੰਪਲੀਟ ਪੀਰੀਅਡ ਹੈ ਮੈਂ ਤੁਹਾਨੂੰ ਦੱਸਿਆ 7 ਇਨਕੰਪਲੀਟ ਹੈ, ਕਿਉਂਕਿ ਇੱਥੋਂ ਦੇ ਕੁਝ ਐਲੀਮੈਂਟਸ ਆਪਾਂ ਨੀਚੇ ਲਿਖੇ ਹੋਏ ਨੇ. ਸੋ 7th ਪੀਰੀਅਡ ਜਿਹੜਾ ਹੈ ਦੈਟ ਇਜ਼ ਇਨਕੰਪਲੀਟ ਪੀਰੀਅਡ. ਫਿਰ ਜੇ ਆਪਾਂ ਗਰੁੱਪ 0 ਜਾਂ ਗਰੁੱਪ 18 ਦੀ ਗੱਲ ਕਰੀਏ ਤਾਂ ਉਹ ਕੀ ਨੇ? ਨੋਬਲ ਗੈਸਿਸ. ਤਾਂ ਨੋਬਲ ਗੈਸ ਨੂੰ ਆਪਾਂ ਗਰੁੱਪ ਨੰਬਰ 18 ਵੀ ਬੋਲਦੇ ਹਾਂ, ਕਈ ਗਰੁੱਪ ਨੰਬਰ 0 ਨਾਲ ਵੀ ਰਿਪ੍ਰਜੈਂਟ ਕਰਦੇ ਨੇ. ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਗਰੁੱਪ 0 ਬੋਲਿਆ ਜਾਂ ਗਰੁੱਪ 18 ਬੋਲਿਆ, ਇਹਦਾ ਮਤਲਬ ਸਾਰੀਆਂ ਕੀ ਨੇ? ਨੋਬਲ ਗੈਸਿਸ, ਜੋ ਕਿ ਨੇ ਹੀਲੀਅਮ, ਨੀਓਨ, ਆਰਗਨ, ਕ੍ਰਿਪਟਨ, ਜ਼ਿਨੋਨ, ਰੈਡੋਨ. ਅਗੇਨ ਮੈਂ ਲਾਸਟ ਵਾਲੇ ਐਲੀਮੈਂਟ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਉਹ ਮੈਨ ਮੇਡ ਹੈ ਔਰ ਨਾਲ ਉਹ ਰੇਡੀਓ ਐਕਟਿਵ ਹੈ. ਅਸੀਂ ਉਹਨਾਂ ਦੀ ਡਿਸਕਸ਼ਨ ਬਹੁਤ ਘੱਟ ਕਰਾਂਗੇ. ਨੈਕਸਟ ਟੋਪਿਕ ਆਪਾਂ ਇੰਟਰੋਡਿਊਸ ਕਰਨ ਜਾ ਰਹੇ ਹਾਂ, ਵੈਲੈਂਸੀ. ਸੋ ਵੈਲੈਂਸੀ ਕੀ ਹੁੰਦੀ ਹੈ? ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ 9th ਕਲਾਸ ਦੇ ਵਿੱਚ. ਵੈਲੈਂਸੀ ਦਾ ਮਤਲਬ ਹੁੰਦਾ ਹੈ ਕੰਬਾਈਨਿੰਗ ਕਪੈਸਿਟੀ ਆਫ ਐਲੀਮੈਂਟ. ਇੱਕ ਐਲੀਮੈਂਟ ਕਿੰਨੇ ਇਲੈਕਟ੍ਰੋਨ ਦੇ ਕੇ ਦੂਸਰੇ ਐਲੀਮੈਂਟ ਨਾਲ ਕੰਬਾਈਨ ਕਰ ਸਕਦਾ ਹੈ ਜਾਂ ਇਲੈਕਟ੍ਰੋਨ ਸ਼ੇਅਰ ਕਰਕੇ, ਇਹ ਵੀ ਆਪਾਂ ਚੀਜ਼ ਡਿਸਕਸ ਕਰ ਚੁੱਕੇ ਹਾਂ. ਕੁਛ ਐਲੀਮੈਂਟਸ ਇਲੈਕਟ੍ਰੋਨ ਸ਼ੇਅਰ ਕਰਦੇ ਨੇ ਅਤੇ ਕੁਛ ਐਲੀਮੈਂਟਸ ਇਲੈਕਟ੍ਰੋਨ ਡੋਨੇਟ ਕਰਦੇ ਨੇ ਅਤੇ ਕੁਛ ਐਲੀਮੈਂਟਸ ਇਲੈਕਟ੍ਰੋਨ ਐਕਸੈਪਟ ਕਰਦੇ ਨੇ ਅਕੋਰਡਿੰਗ ਟੂ ਦੇਅਰ ਇਲੈਕਟ੍ਰੋਨਿਕ ਕਨਫੀਗਰੇਸ਼ਨ.
ਕਿਉਂਕਿ ਸਟੇਬਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਿਹੜੀ ਹੁੰਦੀ ਹੈ 2, 8, 8, 18, 18 and 32 ਇੱਦਾਂ ਹੀ ਚੱਲਦੀ ਰਹਿੰਦੀ ਹੈ ਅੱਗੇ ਸੋ ਇਹ ਸਾਰੀ ਕੀ ਹੁੰਦੀ ਹੈ ਸਟੇਬਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੁੰਦੀ ਹੈ ਸੋ ਹਰ ਕੋਈ ਐਲੀਮੈਂਟ ਚਾਹੁੰਦਾ ਹੈ ਇਸ ਤਰੀਕੇ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲੈਣਾ ਸੋ ਅਟੇਨ ਕਿੱਦਾਂ ਕਰ ਸਕਦਾ ਜਾਂ ਤਾਂ ਇਲੈਕਟ੍ਰੋਨ ਲੂਜ਼ ਕਰੇਗਾ ਜਾਂ ਇਲੈਕਟ੍ਰੋਨ ਗੇਨ ਕਰਕੇ ਜਾਂ ਇਲੈਕਟ੍ਰੋਨ ਸ਼ੇਅਰ ਕਰਕੇ ਅਗਰ ਇਲੈਕਟ੍ਰੋਨ ਲੂਜ਼ ਜਾਂ ਗੇਨ ਕਰਦਾ ਹੈ ਤਾਂ ਉਹ ਕੰਪਾਊਂਡ ਕੀ ਬਣਦਾ ਸੀ ਆਇਓਨਿਕ ਕੰਪਾਊਂਡ ਅਤੇ ਜੇ ਇਲੈਕਟ੍ਰੋਨ ਸ਼ੇਅਰ ਕੀਤੇ ਜਾਣ ਤਾਂ ਉਹ ਕੀ ਬਣਾਉਂਦਾ ਹੈ ਕੋਵਲੈਂਟ ਕੰਪਾਊਂਡ ਇਹਦੇ ਡਿਸਕਸ਼ਨ ਅਸੀਂ ਕਾਰਬਨ ਐਂਡ ਇਟਸ ਕੰਪਾਊਂਡ ਦੇ ਵਿੱਚ ਅੱਛੇ ਤਰੀਕੇ ਨਾਲ ਕਰ ਚੁੱਕੇ ਹਾਂ ਤਾਂ ਹੁਣ ਆਪਾਂ ਟੋਪਿਕ ਪੜ੍ਹ ਰਹੇ ਹਾਂ ਵੈਲੈਂਸੀ ਸੋ ਗਰੁੱਪਸ ਔਰ ਪੀਰੀਅਡ ਦੇ ਨਾਲ ਮੈਨੂੰ ਕਿਸੇ ਵੀ ਐਲੀਮੈਂਟ ਦੀ ਵੈਲੈਂਸੀ ਕਿਸ ਤਰੀਕੇ ਨਾਲ ਪਤਾ ਲੱਗ ਸਕਦੀ ਹੈ ਉਹ ਆਪਾਂ 2 ਜਾਂ 3 ਐਗਜ਼ਾਮਪਲ ਨਾਲ ਕਰਕੇ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਗਰੁੱਪ 1 ਦੀ ਗੱਲ ਕਰਦਾ ਗਰੁੱਪ 1 ਵਿੱਚ ਕਿਹੜੇ ਕਿਹੜੇ ਐਲੀਮੈਂਟ ਨੇ ਹਾਈਡਰੋਜਨ ਹੈ ਲੀਥੀਅਮ ਹੈ ਸੋਡੀਅਮ ਹੈ ਪੋਟਾਸ਼ੀਅਮ ਰੂਬੀਡੀਅਮ ਸੀਜ਼ੀਅਮ ਇੱਦਾਂ ਹੀ ਫ੍ਰੈਂਚੀਅਮ ਹੈ ਬਟ ਮੈਂ ਫ੍ਰੈਂਚੀਅਮ ਦੀ ਡਿਸਕਸ਼ਨ ਬਹੁਤ ਘੱਟ ਕਰੂੰਗਾ ਸੋ ਮੈਂ ਐਲੀਮੈਂਟਸ ਲਿਖੇ ਨੇ ਗਰੁੱਪ 1 ਦੇ ਗਰੁੱਪ 1 ਦੇ ਅਗਰ ਮੈਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣ ਦੀ ਕੋਸ਼ਿਸ਼ ਕਰਾਂ ਕਿਉਂਕਿ ਇਹਦਾ ਐਟੋਮਿਕ ਨੰਬਰ 1 ਹੈ ਸੋ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਆਏਗੀ 1 ਇਹਦਾ ਐਟੋਮਿਕ ਨੰਬਰ 3 ਹੈ ਸੋ 2, 1 ਇਹਦੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੋਏਗੀ ਇਹਦਾ ਐਟੋਮਿਕ ਨੰਬਰ 11 ਹੈ ਸੋ 2, 8, 1 ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੋਏਗੀ ਇਸੇ ਤਰੀਕੇ ਨਾਲ ਅਗਲੇ ਵਾਲੇ ਐਲੀਮੈਂਟ ਪੋਟਾਸ਼ੀਅਮ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ 2, 8, 8, 1 ਹੋਏਗੀ ਨੈਕਸਟ ਵਾਲੇ ਦੀ 2, 8, 18, 1 ਹੋਏਗੀ ਉਸ ਤੋਂ ਅਗਲਾ ਸੀਜ਼ੀਅਮ ਜਿਹੜਾ ਹੈ ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਏਗੀ 2, 8, 8, 18, 1 ਸੋ ਇਹ ਲਿਖਿਆ ਮੈਂ ਸਾਰੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਪਾਂ ਡਿਸਕਸ ਕੀ ਕਰਨੀ ਹੈ ਵੈਲੈਂਸੀ ਵੈਲੈਂਸੀ ਦਾ ਮਤਲਬ ਹੁੰਦਾ ਹੈ ਕਿਹਨੇ ਇਲੈਕਟ੍ਰੋਨ ਲੂਜ਼ ਕਰਕੇ ਜਾਂ ਗੇਨ ਕਰਕੇ ਜਾਂ ਸ਼ੇਅਰ ਕਰਕੇ ਐਲੀਮੈਂਟ ਸਟੇਬਲ ਹੋ ਜਾਏ ਸੋ ਅਸੀਂ ਦੇਖ ਰਹੇ ਹਾਂ ਹਾਈਡਰੋਜਨ ਹਾਈਡਰੋਜਨ ਦੇ ਕੋਲ ਕਿੰਨੇ ਇਲੈਕਟ੍ਰੋਨ ਹੈ 1 ਇਲੈਕਟ੍ਰੋਨ ਹੈ ਸਟੇਬਲ ਹੋਣ ਲਈ ਕਿੱਦਾਂ ਦੀ ਕਨਫੀਗਰੇਸ਼ਨ ਚਾਹੁੰਦਾ ਹੈ 2, 8, 8, 18, 18 or 32 ਵਰਗੀ ਕਨਫੀਗਰੇਸ਼ਨ ਕੁਝ ਇਸ ਤਰੀਕੇ ਦੀ ਕਨਫੀਗਰੇਸ਼ਨ ਹਰ ਕੋਈ ਐਲੀਮੈਂਟ ਚਾਹੇਗਾ ਸੋ ਆਪਾਂ ਹਾਈਡਰੋਜਨ ਦੀ ਗੱਲ ਕਰਦੇ ਹਾਂ ਹਾਈਡਰੋਜਨ ਕੋਲ ਕਿੰਨੇ ਇਲੈਕਟ੍ਰੋਨ ਹੈ 1 ਇਲੈਕਟ੍ਰੋਨ ਹੈ ਸੋ ਉਹਨੂੰ 2 ਬਣਾਉਣ ਵਾਸਤੇ ਜਾਂ ਤਾਂ ਇਲੈਕਟ੍ਰੋਨ ਲੂਜ਼ ਕਰਨੇ ਪੈਣਗੇ ਜਾਂ ਇਲੈਕਟ੍ਰੋਨ ਗੇਨ ਕਰਨੇ ਪੈਣਗੇ ਸੋ ਕਿੰਨੇ ਇਲੈਕਟ੍ਰੋਨ ਗੇਨ ਕਰ ਰਿਹਾ ਯੂ ਲੂਜ਼ ਕਰ ਰਿਹਾ ਹੈ ਉਹੀ ਕੀ ਰਿਪ੍ਰਜੈਂਟ ਕਰਦੀ ਹੈ ਵੈਲੈਂਸੀ ਸੋ ਅਸੀਂ ਕਹਾਂਗੇ ਕਿ ਇਹਦੀ ਵੈਲੈਂਸੀ ਕੀ ਹੈ 1 ਕਿਉਂਕਿ ਜਾਂ ਤਾਂ 1 ਇਲੈਕਟ੍ਰੋਨ ਲੂਜ਼ ਕਰਕੇ ਜਾਂ ਗੇਨ ਕਰਕੇ ਜਾਂ 1 ਇਲੈਕਟ੍ਰੋਨ ਸ਼ੇਅਰ ਕਰਕੇ ਇਹਦੀ ਕਨਫੀਗਰੇਸ਼ਨ ਕੀ ਹੋ ਜਾਏਗੀ ਸਟੇਬਲ ਸੋ ਕਿੰਨੇ ਇਲੈਕਟ੍ਰੋਨਸ ਗੇਨ ਜਾਂ ਲੂਜ਼ ਜਾਂ ਸ਼ੇਅਰ ਕਰਨ ਦੀ ਜ਼ਰੂਰਤ ਹੈ 1 ਇਲੈਕਟ੍ਰੋਨ ਸੋ ਹਾਈਡਰੋਜਨ ਦੀ ਵੈਲੈਂਸੀ ਕੀ ਹੋ ਗਈ 1 ਹੁਣ ਆਪਾਂ ਲੀਥੀਅਮ ਦੀ ਗੱਲ ਕਰਦੇ ਹਾਂ ਲੀਥੀਅਮ ਕਿੱਦਾਂ ਦੀ ਕਨਫੀਗਰੇਸ਼ਨ ਚਾਹੁੰਦਾ ਹੈ 2, 8 ਵਰਗੀ ਬਟ ਇਹਦੇ ਕੋਲ ਕੀ ਹੈ 2, 1 ਸੋ ਕਿਉਂਕਿ 8 ਇਲੈਕਟ੍ਰੋਨ ਲੈਣਾ ਮਤਲਬ 8 ਇਲੈਕਟ੍ਰੋਨ ਬਣਾਉਣ ਵਾਸਤੇ ਇਹਨੂੰ 7 ਇਲੈਕਟ੍ਰੋਨ ਦੀ ਜ਼ਰੂਰਤ ਹੈ ਸੋ ਇਟ ਇਜ਼ ਕੁਆਇਟ ਓਬਵੀਅਸ ਕਿ ਇਲੈਕਟ੍ਰੋਨ 7 ਲੈਣੇ ਇਜ਼ ਵੈਰੀ ਡਿਫੀਕਲਟ ਸੋ ਇਹ ਚਾਹੇਗਾ ਕਿ ਆਪਣਾ ਆਹ ਵਾਲਾ ਇਲੈਕਟ੍ਰੋਨ ਕੀ ਕਰਦੇ ਛੱਡ ਦੇ ਤਾਂ ਕਿ ਇਹਦੀ ਕਨਫੀਗਰੇਸ਼ਨ ਕੀ ਹੋ ਜਾਏ 2 ਕਿਉਂਕਿ ਇਲੈਕਟ੍ਰੋਨ ਲੂਜ਼ ਕਰਨਾ ਚਾਹੁੰਦਾ ਹੈ ਸੋ ਇਹਦੀ ਕਨਫੀਗਰੇਸ਼ਨ ਕੀ ਆਏਗੀ +1 ਹੁਣ ਮੈਂ ਸੋਡੀਅਮ ਦੀ ਗੱਲ ਕਰੀਏ ਸੋਡੀਅਮ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੈ 2, 8, 1 ਉਹ ਕਿਸ ਤਰੀਕੇ ਦੀ ਕਨਫੀਗਰੇਸ਼ਨ ਚਾਹੁੰਦਾ ਹੈ 2, 8, 8 ਵਰਗੀ ਅਗੇਨ 7 ਇਲੈਕਟ੍ਰੋਨ ਦੀ ਜ਼ਰੂਰਤ ਹੈ ਤਾਂ ਕਿ ਇਹ 2, 8, 8 ਕਨਫੀਗਰੇਸ਼ਨ ਬਣਾਏ ਜਾਂ ਤਾਂ 7 ਇਲੈਕਟ੍ਰੋਨ ਐਕਸੈਪਟ ਕਰੇ ਜਾਂ ਲਾਸਟ ਵਾਲਾ ਇਲੈਕਟ੍ਰੋਨ ਹੈ ਛੱਡ ਦੇ ਸੋ ਕਿੰਨੇ ਇਲੈਕਟ੍ਰੋਨ ਹੈ ਛੱਡਣ ਦੀ ਕੋਸ਼ਿਸ਼ ਕਰੇਗਾ 1 ਗੇਨ ਕਰਨ ਵਾਸਤੇ ਇਹਨੂੰ 7 ਇਲੈਕਟ੍ਰੋਨ ਦੀ ਜ਼ਰੂਰਤ ਹੈ ਸੋ ਓਬਵੀਅਸਲੀ 7 ਇਲੈਕਟ੍ਰੋਨ ਐਕਸੈਪਟ ਕਰਨਾ ਬਹੁਤ ਮੁਸ਼ਕਿਲ ਹੋਏਗਾ ਸੋ ਇਸ ਕਰਕੇ ਆਪਣਾ ਆਹ ਵਾਲਾ ਇਲੈਕਟ੍ਰੋਨ ਛੱਡ ਦੇਗਾ ਸੋ ਇਹਦੀ ਕਨਫੀਗਰੇਸ਼ਨ ਕੀ ਆ ਜਾਏਗੀ +1 ਸੇਮ ਤਰੀਕੇ ਨਾਲ ਅਗਰ ਪੋਟਾਸ਼ੀਅਮ ਦੀ ਗੱਲ ਕਰੀਏ
ਸੋ ਉਹ ਚਾਹੁੰਦਾ ਹੈ ਕੌਨਫੀਗਰੇਸ਼ਨ 2818 ਵਰਗੀ, ਬਟ ਇਹਦੀ ਕੌਨਫੀਗਰੇਸ਼ਨ ਕੀ ਹੈ 2881। ਸੋ ਜਾਂ ਤਾਂ 17 ਇਲੈਕਟ੍ਰੋਨ ਗੇਨ ਕਰੇ ਜਾਂ ਆਪਣਾ ਆਹ ਵਾਲਾ ਇਲੈਕਟ੍ਰੋਨ ਵੀ ਲੂਜ਼ ਕਰ ਦੇ ਤਾਂ ਕਿ ਹੋ ਜਾਊਗਾ ਸਟੇਬਲ। ਸੋ ਓਬਵੀਅਸਲੀ 17 ਇਲੈਕਟ੍ਰੋਨ ਐਕਸੈਪਟ ਕਰਨ ਨਾਲੋਂ ਇਹ ਆਪਣਾ ਇਲੈਕਟ੍ਰੋਨ ਲੂਜ਼ ਕਰਨਾ ਜ਼ਿਆਦਾ ਪਸੰਦ ਕਰੇਗਾ, ਕਿਉਂਕਿ 17 ਇਲੈਕਟ੍ਰੋਨ ਨੂੰ ਐਕਸੈਪਟ ਕਰਨਾ ਇਜ਼ ਵੈਰੀ ਡਿਫੀਕਲਟ, ਤੋ ਇੱਕ ਇਲੈਕਟ੍ਰੋਨ ਨੂੰ ਲੂਜ਼ ਕਰਨਾ ਫਿਰ ਵੀ ਉਹਦੇ ਲਈ ਈਜ਼ੀ ਹੈ। ਸੋ ਇਹਦੀ ਵੈਲੈਂਸੀ ਵੀ ਕੀ ਆ ਗਈ +1, ਕਿਉਂਕਿ ਇਹਨੇ ਇੱਕੋ ਇਲੈਕਟ੍ਰੋਨ ਆਪਣਾ ਛੱਡ ਦਿਆ। ਜਦੋਂ ਵੀ ਮੈਂ ਪਲੱਸ ਲਿਖ ਰਿਹਾ ਇਹਦਾ ਮਤਲਬ ਇਲੈਕਟ੍ਰੋਨ ਛੱਡ ਰਿਹਾ, ਜੇ ਮੈਂ ਅੱਗੇ ਕੋਈ ਵੀ ਸਾਈਨ ਨਹੀਂ ਪਾ ਰਿਹਾ ਇਟ ਮੀਨਸ ਜਾਂ ਤਾਂ ਉਹ ਇਲੈਕਟ੍ਰੋਨ ਗੇਨ ਕਰ ਰਿਹਾ ਜਾਂ ਲੂਜ਼ ਕਰ ਰਿਹਾ ਜਾਂ ਸ਼ੇਅਰ ਕਰ ਰਿਹਾ, ਡਿਪੈਂਡਿੰਗ ਅਪੋਨ ਕਿ ਕਿਸ ਐਲੀਮੈਂਟ ਦੇ ਕੋਲੋਂ ਉਹਨੇ ਇਲੈਕਟ੍ਰੋਨ ਲੈਣਾ ਹੈ। ਠੀਕ ਹੈ, ਇਸੇ ਤਰੀਕੇ ਨਾਲ ਅਗਰ ਰੂਬੀਡੀਅਮ ਦੀ ਗੱਲ ਕਰੀਏ ਆ ਵੀ +1 ਕੌਨਫੀਗਰੇਸ਼ਨ ਸ਼ੋਅ ਕਰੇਗਾ ਅਤੇ ਸੀਜ਼ੀਅਮ ਵੀ +1 ਕੌਨਫੀਗਰੇਸ਼ਨ ਸ਼ੋਅ ਕਰੇਗਾ, ਕਿਉਂਕਿ ਇਹਨਾਂ ਲਈ ਵੀ ਇੱਕ ਇੱਕ ਇਲੈਕਟ੍ਰੋਨ ਲੂਜ਼ ਕਰਨਾ ਕੀ ਹੈ ਸਿੰਪਲ ਹੈ। ਸੋ ਅਸੀਂ ਇਹ ਪੜਿਆ ਕਿ ਗਰੁੱਪਸ ਦੇ ਵਿੱਚ ਜੇ ਮੈਂ ਡਿਸਕਸ ਕਰਾਂ ਸਭ ਦੀ ਵੈਲੈਂਸੀ ਕੀ ਰਹਿੰਦੀ ਹੈ ਸੇਮ। ਠੀਕ ਹੈ, ਸੋ ਜਦੋਂ ਵੀ ਤੁਹਾਨੂੰ ਕੋਈ ਪੁੱਛੇਗਾ ਕਿ ਦੱਸੋ ਵੈਲੈਂਸੀ ਆਫ ਰੂਬੀਡੀਅਮ, ਤਾਂ ਤੁਸੀਂ ਕਹੋਗੇ ਜੋ ਲੀਥੀਅਮ ਦੀ ਵੈਲੈਂਸੀ ਹੈ, ਜੋ ਸੋਡੀਅਮ ਦੀ ਵੈਲੈਂਸੀ ਹੈ, ਉਹੀ ਰੂਬੀਡੀਅਮ ਦੀ ਵੈਲੈਂਸੀ ਹੋਏਗੀ, ਕਿਉਂਕਿ ਗਰੁੱਪਸ ਦੇ ਵਿੱਚ ਵੈਲੈਂਸੀ ਕੀ ਰਹਿੰਦੀ ਹੈ ਸੇਮ। ਹੁਣ ਆਪਾਂ ਨੈਕਸਟ ਗਰੁੱਪ ਦੀ ਗੱਲ ਕਰਦੇ ਹਾਂ, ਗਰੁੱਪ 2, ਉਹਦੇ 'ਚ ਵੀ ਅਸੀਂ ਵੈਲੈਂਸੀ ਨੂੰ ਡਿਸਕਸ ਕਰਦੇ ਹਾਂ ਕਿ ਉਹਨਾਂ ਦੀ ਵੈਲੈਂਸੀ ਕੀ ਹੋਏਗੀ। ਸੋ ਮੈਂ ਪਹਿਲਾਂ ਇੱਥੇ ਲਿਖ ਲੈਂਦਾ ਵਾਂ ਗਰੁੱਪ 1 ਦੀ ਜਿਹੜੀ ਵੈਲੈਂਸੀ ਹੈ ਉਹ ਹੈ +1, ਬਟ ਮੈਂ ਹਾਈਡਰੋਜਨ ਦੇ ਉੱਤੇ ਵੈਲੈਂਸੀ ਕੀ ਲਿਖ ਰਿਹਾ। ਸੋ +1 ਹਾਈਡਰੋਜਨ ਦੀ ਵੈਲੈਂਸੀ ਮੈਂ ਸਿੰਪਲ 1 ਲਿਖ ਰਿਹਾ, ਕਿਉਂਕਿ ਹਾਈਡਰੋਜਨ ਇਲੈਕਟ੍ਰੋਨ ਗੇਨ ਵੀ ਕਰ ਸਕਦਾ, ਲੂਜ਼ ਵੀ ਕਰ ਸਕਦਾ ਜਾਂ ਸ਼ੇਅਰ ਕਰ ਸਕਦਾ, ਬਟ ਲੀਥੀਅਮ, ਸੋਡੀਅਮ, ਪੋਟਾਸ਼ੀਅਮ, ਰੂਬੀਡੀਅਮ, ਸੀਜ਼ੀਅਮ ਔਰ ਫ੍ਰੈਂਚੀਅਮ ਇਹ ਇਲੈਕਟ੍ਰੋਨ ਲੂਜ਼ ਕਰਨਾ ਜ਼ਿਆਦਾ ਪਸੰਦ ਕਰਨਗੇ। ਸੋ ਇਹਨਾਂ ਦੀ ਵੈਲੈਂਸੀ ਕੀ ਹੋ ਗਈ +1। ਹੁਣ ਆਪਾਂ ਗਰੁੱਪ 2 ਦੀ ਡਿਸਕਸ਼ਨ ਕਰਦੇ ਹਾਂ ਕਿ ਉਹਨਾਂ ਦੀ ਵੈਲੈਂਸੀ ਕੀ ਹੋਏਗੀ। ਸੋ ਗਰੁੱਪ 2 ਦੇ ਐਲੀਮੈਂਟਸ ਦੀ ਗੱਲ ਕਰੀਏ, ਸੋ ਗਰੁੱਪ 2 ਦੇ ਵਿੱਚ ਐਲੀਮੈਂਟ ਆਪਾਂ ਲਿਖੇ ਹੋਏ ਨੇ, ਕਿਹੜੇ ਕਿਹੜੇ ਨੇ ਗਰੁੱਪ 2 ਦੇ ਵਿੱਚ? ਬੀਰੇਲੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸਟਰੋਨਸ਼ੀਅਮ, ਬੇਰੀਅਮ ਐਂਡ ਰੇਡੀਅਮ। ਸੋ ਅਗਰ ਆਪਾਂ ਇਹਨਾਂ ਦੇ ਇਲੈਕਟ੍ਰੋਨਸ ਦੀ ਗੱਲ ਕਰੀਏ, ਸੋ ਇਹਦੀ ਕੌਨਫੀਗਰੇਸ਼ਨ ਕੀ ਹੋਏਗੀ, ਕਿਉਂਕਿ ਇਹਦੇ ਕੋਲ ਐਟੋਮਿਕ ਨੰਬਰ ਹੈ 4, ਸੋ ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕੀ ਹੋਏਗੀ 2,2। ਇਹਦੀ ਕੌਨਫੀਗਰੇਸ਼ਨ 12, ਸੋਰੀ ਐਟੋਮਿਕ ਨੰਬਰ 12 ਹੈ, ਸੋ ਇਹਦੇ ਇਲੈਕਟ੍ਰੋਨ 282 ਵਾਂਗ ਰੇਂਜ ਹੋਣਗੇ। ਇਹਦੇ ਐਟੋਮਿਕ ਨੰਬਰ ਹੈ 20, ਸੋ ਇਹਦੇ ਇਲੈਕਟ੍ਰੋਨ 2882 ਵਾਂਗ ਰੇਂਜ ਹੋਣਗੇ। ਇਸੇ ਤਰੀਕੇ ਨਾਲ ਸਟਰੋਨਸ਼ੀਅਮ ਦੇ 2882, ਬੇਰੀਅਮ ਦੇ 2882, ਇੱਦਾਂ ਹੀ ਰੇਡੀਅਮ ਦੇ 2888832,2। ਸੋ ਇਸ ਤਰੀਕੇ ਨਾਲ ਇਹਨਾਂ ਦੀ ਕੌਨਫੀਗਰੇਸ਼ਨ ਚੱਲੇਗੀ। ਸੋ ਅਗੇਨ ਵੈਲੈਂਸੀ ਦੀ ਗੱਲ ਕਰਦੇ ਹਾਂ, ਵੈਲੈਂਸੀ ਦਾ ਮਤਲਬ ਹੈ ਕਿੰਨੇ ਇਲੈਕਟ੍ਰੋਨ ਗੇਨ ਜਾਂ ਲੂਜ਼ ਕਰਕੇ ਜਾਂ ਸ਼ੇਅਰ ਕਰਕੇ ਇਹ ਆਪਣੇ ਆਪ ਨੂੰ ਸਟੇਬਲ ਕਰ ਸਕਦਾ ਹੈ। ਸੋ ਇਹਦੇ ਕੋਲ ਅਗਰ ਆਪਾਂ ਬੀਰੇਲੀਅਮ ਤੋਂ ਸਟਾਰਟ ਕਰੀਏ, ਸੋ ਉਹਦੀ ਕੌਨਫੀਗਰੇਸ਼ਨ ਕੀ ਹੈ 2,2। ਸਟੇਬਲ ਹੋਣ ਲਈ ਉਹਨੂੰ 8 ਕੌਨਫੀਗਰੇਸ਼ਨ ਬਣਾਉਣੀ ਪਏਗੀ ਸੈਕਿੰਡ ਸ਼ੈਲ ਦੇ ਵਿੱਚ। ਸੋ ਜਾਂ ਤਾਂ 6 ਇਲੈਕਟ੍ਰੋਨ ਗੇਨ ਕਰ ਲਏ ਜਾਂ ਆਪਣੇ ਇਹ 2 ਇਲੈਕਟ੍ਰੋਨ ਲੂਜ਼ ਕਰ ਦੇ। ਸੋ ਓਬਵੀਅਸਲੀ 6 ਇਲੈਕਟ੍ਰੋਨ ਐਕਸੈਪਟ ਕਰਨਾ ਥੋੜ੍ਹਾ ਤਾਂ ਮੁਸ਼ਕਿਲ ਹੋ ਜਾਏਗਾ, ਸੋ ਇਹ ਕੋਸ਼ਿਸ਼ ਕਰੇਗਾ ਕਿ 2 ਇਲੈਕਟ੍ਰੋਨ ਆਪਣੇ ਲੂਜ਼ ਕਰ ਦੇ। ਸੋ ਆਪਣੇ ਇਲੈਕਟ੍ਰੋਨ ਜਦੋਂ ਲੂਜ਼ ਕਰੇਗਾ ਸੋ ਇਹਦੀ ਕੌਨਫੀਗਰੇਸ਼ਨ ਕੀ ਆ ਜਾਏਗੀ +2। ਸੋ ਬੀਰੇਲੀਅਮ ਨੇ ਕੋਸ਼ਿਸ਼ ਕੀਤੀ ਆਪਣੇ ਦੋਨੋਂ ਇਲੈਕਟ੍ਰੋਨ ਛੱਡਣ ਦੀ ਤਾਂ ਕਿ ਇਹ ਕੀ ਹੋ ਜਾਏ, ਸਟੇਬਲ ਹੋ ਜਾਏ। ਮੈਗਨੀਸ਼ੀਅਮ ਦੀ ਗੱਲ ਕਰੀਏ, ਸੋ ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੈ 2,8,2। ਅਗੇਨ ਸਟੇਬਲ ਓਨਲੀ, ਇਹਨੂੰ ਕੌਨਫੀਗਰੇਸ਼ਨ ਕਿੱਦਾਂ ਦੀ ਚਾਹੀਦੀ ਹੈ 2,8,8 ਵਰਗੀ ਜਾਂ ਇਕੱਲੀ 2,8 ਵਰਗੀ ਕੌਨਫੀਗਰੇਸ਼ਨ ਵੀ ਸਫੀਸ਼ੀਐਂਟ ਹੈ।
ਸੋ ਜਾਂ ਤਾਂ 6 ਇਲੈਕਟ੍ਰੋਨ ਐਕਸੈਪਟ ਕਰੇ ਤਾਂ ਕਿ ਇਹ ਕਨਫੀਗਰੇਸ਼ਨ ਬਣਾ ਲੇ 2-8-8, ਜਾਂ ਆਪਣੇ ਦੋਨੋਂ ਇਲੈਕਟ੍ਰੋਨ ਛੱਡ ਕੇ 2-8 ਕਨਫੀਗਰੇਸ਼ਨ ਅਟੇਨ ਕਰ ਲੇ। ਸੋ ਓਬਵੀਅਸਲੀ 6 ਇਲੈਕਟ੍ਰੋਨ ਗੇਨ ਕਰਨਾ ਡਿਫੀਕਲਟ ਹੋਏਗਾ, ਸੋ ਇਹ ਕੋਸ਼ਿਸ਼ ਕਰੇਗਾ ਆਪਣੇ ਦੋਨੇ ਇਲੈਕਟ੍ਰੋਨ ਲੂਜ਼ ਕਰਨ ਦੀ। ਸੋ ਇਹਦੀ ਕਨਫੀਗਰੇਸ਼ਨ ਵੀ ਕੀ ਆ ਗਈ? +2। ਸੇਮ ਤਰੀਕੇ ਨਾਲ ਕੈਲਸ਼ੀਅਮ ਦੀ ਗੱਲ ਕਰੀਏ, ਸੋ ਉਹਦੀ ਕਨਫੀਗਰੇਸ਼ਨ ਕੀ ਹੈ? 2-8-8-2। ਸੋ ਅਟੇਨ ਕਰਨ ਵਾਸਤੇ ਜਾਂ ਤਾਂ ਉਹ 16 ਇਲੈਕਟ੍ਰੋਨ ਐਕਸੈਪਟ ਕਰੇ, ਜਾਂ ਆਪਣੇ ਇਹ ਦੋ ਦੇ ਦੋ ਇਲੈਕਟ੍ਰੋਨ ਵੀ ਛੱਡ ਕੇ ਕਿੱਦਾਂ ਦੀ ਕਨਫੀਗਰੇਸ਼ਨ ਰੱਖ ਲਏ? 2-8-8। ਸੋ ਅਗੇਨ 2-8-8 ਕਨਫੀਗਰੇਸ਼ਨ ਉਹਦੇ ਲਈ ਜ਼ਿਆਦਾ ਵਧੀਆ ਹੋਏਗੀ, ਕਿਉਂਕਿ ਦੋ ਇਲੈਕਟ੍ਰੋਨ ਇਹਦੇ ਲਈ ਲੂਜ਼ ਕਰਨਾ ਜ਼ਿਆਦਾ ਈਜ਼ੀ ਹੈ ਰੈਦਰ ਦੈਨ ਟੂ ਐਕਸੈਪਟ 16 ਇਲੈਕਟ੍ਰੋਨ। ਸੋ ਇਹਦੀ ਇਹਦੀ ਵੀ ਵੈਲੈਂਸੀ ਕੀ ਆ ਗਈ? +2। ਇਸੇ ਤਰੀਕੇ ਨਾਲ ਸਟ੍ਰੋਨਸ਼ੀਅਮ ਦੀ ਵੀ +2, ਬੇਰੀਅਮ ਦੀ ਵੀ +2 ਐਂਡ ਰੇਡੀਅਮ ਦੀ ਵੀ +2। ਸੋ ਅਸੀਂ ਪੜ੍ਹਿਆ ਗਰੁੱਪ 2 ਦੇ ਵਿੱਚ ਵੀ ਸਭੀ ਐਲੀਮੈਂਟਸ ਦੀ ਵੈਲੈਂਸੀ ਕੀ ਹੈ? ਸੇਮ। ਸੋ ਅਗਰ ਤੁਹਾਨੂੰ ਇੱਕ ਐਲੀਮੈਂਟ ਦੀ ਵੈਲੈਂਸੀ ਪਤਾ ਲੱਗ ਗਈ ਹੈ, ਤੁਸੀਂ ਸਾਰੇ ਐਲੀਮੈਂਟਸ ਦੀ ਵੈਲੈਂਸੀ ਦੱਸ ਸਕਦੇ ਹੋ ਅਗਰ ਉਹ ਸਾਰੇ ਇੱਕੋ ਗਰੁੱਪ ਦੇ ਮੈਂਬਰ ਨੇ। ਸੋ ਆਪਾਂ ਇੱਥੇ ਲਿਖ ਲੈਂਦੇ ਹਾਂ ਬੇਰੀਲੀਅਮ ਦੀ ਵੈਲੈਂਸੀ ਕੀ ਹੈ? +2, ਕਿਉਂਕਿ ਇਹ ਚਾਹੇਗਾ ਪੂਰੇ ਦੇ ਪੂਰੇ ਸਾਰੇ ਦੇ ਸਾਰੇ ਮੈਂਬਰਸ ਗਰੁੱਪ 2 ਦੇ ਚਾਹਣਗੇ ਦੋ ਇਲੈਕਟ੍ਰੋਨ ਲੂਜ਼ ਕਰਕੇ ਇਹ ਸਟੇਬਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਅਟੇਨ ਕਰਨਾ। ਹੁਣ ਆਪਾਂ ਡਿਸਕਸ ਕਰਦੇ ਹਾਂ ਗਰੁੱਪ 13 ਦੀ ਗੱਲ। ਸੋ ਗਰੁੱਪ 13 ਦੇ ਇੱਕੋ ਮੈਂਬਰ ਦੀ ਡਿਸਕਸ਼ਨ ਕਰਾਂਗੇ, ਕਿਉਂਕਿ ਹੁਣ ਆਪਾਂ ਸਮਝ ਚੁੱਕੇ ਹਾਂ ਕਿ ਸਾਰੇ ਮੈਂਬਰਸ ਦੀ ਵੈਲੈਂਸ ਇਲੈਕਟ੍ਰੋਨ ਸੇਮ ਨੇ, ਵੈਲੈਂਸੀ ਵੀ ਕੀ ਹੋਏਗੀ? ਸੇਮ। ਮੈਂ ਤੁਹਾਨੂੰ ਦੋ ਐਗਜ਼ਾਮਪਲ ਨਾਲ ਜਸਟੀਫਾਈ ਕਰ ਦਿੱਤਾ ਕਿ ਸਾਰੇ ਗਰੁੱਪਸ ਦੇ ਵਿੱਚ ਵੈਲੈਂਸੀ ਕੀ ਰਹਿੰਦੀ ਹੈ? ਸੇਮ। ਸੋ ਹੁਣ ਅਗਰ ਮੈਨੂੰ ਕੋਈ ਗਰੁੱਪ 13 ਦੀ ਗੱਲ ਕਰੇਗਾ ਤਾਂ ਮੈਨੂੰ ਅਗਰ ਇਹਦੀ ਵੈਲੈਂਸੀ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਤਾਂ ਮੈਂ ਇੱਕੋ ਐਲੀਮੈਂਟ ਦੀ ਡਿਸਕਸ਼ਨ ਕਰਕੇ ਸਾਰੇ ਦੀ ਵੈਲੈਂਸੀ ਕਹਾਂਗਾ ਸੇਮ ਹੈ। ਸੋ ਆਪਾਂ ਡਿਸਕਸ ਕਰਦੇ ਹਾਂ ਗਰੁੱਪ 13 ਜਿਹਦਾ ਪਹਿਲਾ ਮੈਂਬਰ ਕੀ ਹੈ? ਬੋਰੋਨ। ਸੋ ਬੋਰੋਨ ਦਾ ਐਟੋਮਿਕ ਨੰਬਰ ਕੀ ਹੈਗਾ? ਬੋਰੋਨ ਦਾ ਐਟੋਮਿਕ ਨੰਬਰ ਹੈ 5। ਸੋ ਉਹਦੇ ਇਲੈਕਟ੍ਰੋਨ ਕੀ ਹੋਣਗੇ? 2,3। ਠੀਕ ਹੈ। ਸੋ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੈ? 2,3। ਸਟੇਬਲ ਹੋਣ ਵਾਸਤੇ ਕਨਫੀਗਰੇਸ਼ਨ ਚਾਹੁੰਦਾ ਹੈ 2,8, ਜਾਂ ਤਾਂ 5 ਇਲੈਕਟ੍ਰੋਨ ਐਕਸੈਪਟ ਕਰੇ ਜਾਂ ਆਪਣੇ ਤਿੰਨੋਂ ਇਲੈਕਟ੍ਰੋਨ ਛੱਡ ਕੇ 2 ਕਨਫੀਗਰੇਸ਼ਨ ਅਟੇਨ ਕਰ ਲਏ। ਸੋ ਕੁਆਇਟ ਓਬਵੀਅਸ ਕਿ 5 ਇਲੈਕਟ੍ਰੋਨ ਐਕਸੈਪਟ ਕਰਨਾ ਟੂ ਅਟੇਨ ਅ ਕਨਫੀਗਰੇਸ਼ਨ ਆਫ 2-8 ਇਜ਼ ਵੈਰੀ ਡਿਫੀਕਲਟ। ਤਾਂ ਇਸ ਕਰਕੇ ਕਹੇਗਾ ਕਿ ਆਪਣੇ ਤਿੰਨੋਂ ਇਲੈਕਟ੍ਰੋਨ ਛੱਡ ਕੇ ਕਿਹੜੀ ਕਨਫੀਗਰੇਸ਼ਨ ਅਟੇਨ ਕਰ ਲਏ? 2। ਸੋ ਇਹਦੀ ਵੈਲੈਂਸੀ ਕੀ ਹੋਏਗੀ? +3, ਕਿਉਂਕਿ ਇਹਦੀ ਵੈਲੈਂਸੀ +3 ਹੈ। ਪਿਛਲੇ ਐਗਜ਼ਾਮਪਲ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਸਾਰੇ ਗਰੁੱਪ ਮੈਂਬਰਸ ਦੀ ਵੈਲੈਂਸੀ ਕੀ ਰਹਿੰਦੀ ਹੈ? ਸੇਮ। ਸੋ ਬੋਰੋਨ ਫੈਮਿਲੀ ਦੀ ਵੈਲੈਂਸੀ ਕੀ ਹੋਏਗੀ? +3। ਠੀਕ ਹੈ। ਹੁਣ ਆਪਾਂ ਡਿਸਕਸ ਕਰਦੇ ਹਾਂ ਗਰੁੱਪ ਨੰਬਰ 14, ਉਹਦੀ ਵੈਲੈਂਸੀ ਦੀ ਗੱਲ ਕਰੀਏ। ਗਰੁੱਪ 14 ਦੇ ਵਿੱਚ ਪਹਿਲਾ ਮੈਂਬਰ ਕੌਣ ਹੈ? ਕਾਰਬਨ। ਸੋ ਕਾਰਬਨ ਦਾ ਐਟੋਮਿਕ ਨੰਬਰ ਤੁਹਾਨੂੰ ਪਤਾ ਹੈ 6, ਤੋ 2,4 ਹੋਏ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ। ਸੋ ਅਗੇਨ 2-8 ਕਨਫੀਗਰੇਸ਼ਨ ਅਟੇਨ ਕਰਨ ਵਾਸਤੇ ਜਾਂ ਤਾਂ ਆਪਣੇ ਚਾਰੋ ਇਲੈਕਟ੍ਰੋਨ ਲੂਜ਼ ਕਰ ਦੇ ਜਾਂ 4 ਇਲੈਕਟ੍ਰੋਨ ਐਕਸੈਪਟ ਕਰ ਲਏ। ਸੋ ਕਿਉਂਕਿ 4 ਦਾ ਹੀ ਪੰਗਾ ਹੈ, ਜਾਂ ਤਾਂ 4 ਗੇਨ ਕਰੇ ਜਾਂ 4 ਲੂਜ਼ ਕਰੇ, ਸੋ ਇਹਨਾਂ ਤਿੰਨ ਦੀ ਕਨਫੀਗਰੇਸ਼ਨ +4 ਵੀ ਹੋ ਸਕਦੀ ਹੈ, -4 ਵੀ ਹੋ ਸਕਦੀ ਹੈ, ਜਾਂ ਸਿੰਪਲ 4 ਵੀ ਹੋ ਸਕਦੀ ਹੈ ਕਿ ਇਹ ਇਲੈਕਟ੍ਰੋਨ ਸ਼ੇਅਰ ਵੀ ਕਰ ਸਕਦਾ ਹੈ। ਬਟ ਅਸੀਂ ਪੂਰੇ ਅੱਛੇ ਤਰੀਕੇ ਨਾਲ ਡਿਸਕਸ ਕਰ ਚੁੱਕੇ ਹਾਂ ਕਿ ਕਾਰਬਨ ਕੀ ਕਰਦਾ ਹੈ? ਆਪਣੇ ਇਲੈਕਟ੍ਰੋਨ ਸ਼ੇਅਰ ਕਰਦਾ ਹੈ। ਸੋ ਇਹਨਾਂ ਮਤਲਬ ਕਾਰਬਨ ਦੀ ਵੈਲੈਂਸੀ ਕੀ ਹੋਏਗੀ? ਸਿੰਪਲ 4। ਨਾ ਮੈਂ ਪਲੱਸ ਲਗਾਊਂਗਾ ਨਾ ਮਾਈਨਸ, ਸਿੰਪਲ 4 ਦਾ ਮਤਲਬ ਹੈ ਕਿ ਉਹ ਇਲੈਕਟ੍ਰੋਨ ਸ਼ੇਅਰ ਕਰ ਰਿਹਾ। ਸੋ ਕਿਉਂਕਿ ਕਾਰਬਨ ਦੀ ਵੈਲੈਂਸੀ 4 ਹੈ, ਸੋ ਸਾਰੇ ਮੈਂਬਰਸ ਦੀ ਵੈਲੈਂਸੀ ਕੀ ਹੋ ਗਈ? 4, ਕਿਉਂਕਿ ਸਾਰਿਆਂ ਦੇ ਵਿੱਚ 4 ਇਲੈਕਟ੍ਰੋਨਸ ਦੀ ਹੀ ਪ੍ਰੋਬਲਮ ਆਏਗੀ, ਜਾਂ ਤਾਂ 4 ਇਲੈਕਟ੍ਰੋਨ ਗੇਨ ਕਰ ਲੈਣਗੇ ਜਾਂ 4 ਇਲੈਕਟ੍ਰੋਨ ਲੂਜ਼ ਕਰ ਲੈਣਗੇ। ਨੈਕਸਟ ਅਸੀਂ ਡਿਸਕਸ ਕਰਦੇ ਹਾਂ
ਗਰੁੱਪ ਨੰਬਰ 15 ਦੀ ਵੈਲੈਂਸੀ। ਗਰੁੱਪ ਨੰਬਰ 15 ਦੇ ਵਿੱਚ ਪਹਿਲਾ ਐਲੀਮੈਂਟ ਕੀ ਹੈ? ਨਾਈਟ੍ਰੋਜਨ। ਜੋ ਨਾਈਟ੍ਰੋਜਨ ਦੀ ਵੈਲੈਂਸੀ ਹੋਏਗੀ ਉਹੀ ਸਾਰੇ ਐਲੀਮੈਂਟਸ ਦੀ ਵੈਲੈਂਸੀ ਹੋਏਗੀ। ਸੋ ਨਾਈਟ੍ਰੋਜਨ ਦਾ ਐਟੋਮਿਕ ਨੰਬਰ ਸਾਨੂੰ ਪਤਾ ਹੈ ਕਿ ਹੁੰਦਾ ਹੈ 7। ਸੋ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਗੀ? 2.5। ਸੋ ਇਹਨੂੰ ਸਟੇਬਲ ਕਨਫੀਗਰੇਸ਼ਨ ਅਟੇਨ ਕਰਨ ਵਾਸਤੇ ਕਿੰਨੇ ਇਲੈਕਟ੍ਰੋਨ ਦੀ ਜ਼ਰੂਰਤ ਹੈ? 3 ਇਲੈਕਟ੍ਰੋਨ ਦੀ ਜ਼ਰੂਰਤ ਹੈ ਤਾਂ ਕਿ ਇਹ 2-8 ਕਨਫੀਗਰੇਸ਼ਨ ਐਕਸੈਪਟ ਬਣ ਲਏ, ਜਾਂ ਫਿਰ 5 ਦੇ 5 ਇਲੈਕਟ੍ਰੋਨ ਛੱਡ ਦੇ ਤਾਂ ਵੀ ਇਹਦੀ ਕਨਫੀਗਰੇਸ਼ਨ ਕੀ ਹੋ ਸਕਦੀ ਹੈ? ਸੇਮ। ਸੋ ਜਾਂ ਤਾਂ 5 ਇਲੈਕਟ੍ਰੋਨ ਛੱਡਣ ਤੋਂ ਬਾਅਦ ਇਹਦੀ ਕਨਫੀਗਰੇਸ਼ਨ ਸਟੇਬਲ ਹੋ ਸਕਦੀ ਹੈ, ਜਾਂ 3 ਇਲੈਕਟ੍ਰੋਨ ਐਕਸੈਪਟ ਕਰਨ ਤੋਂ ਬਾਅਦ 2-8 ਕਨਫੀਗਰੇਸ਼ਨ ਲੈ ਕੇ ਸਟੇਬਲ ਹੋ ਸਕਦਾ ਹੈ। ਸੋ ਹੁਣ ਇਹਦੇ ਵਿੱਚ ਕੀ ਹੋਏਗਾ? 5 ਇਲੈਕਟ੍ਰੋਨ ਛੱਡਣਾ ਉਹਦੇ ਲਈ ਮੁਸ਼ਕਿਲ ਹੋਏਗਾ, ਉਹ 3 ਇਲੈਕਟ੍ਰੋਨ ਐਕਸੈਪਟ ਕਰਨ ਦੀ ਕੋਸ਼ਿਸ਼ ਕਰੇਗਾ। ਸੋ ਕਿਉਂਕਿ ਉਹ ਇਲੈਕਟ੍ਰੋਨ ਐਕਸੈਪਟ ਕਰ ਰਿਹਾ ਹੈ ਤਾਂ ਅਸੀਂ ਸਿੰਬਲ ਯੂਜ਼ ਕਰਦੇ ਹਾਂ ਮਾਈਨਸ। ਮਾਈਨਸ ਕੀ ਸ਼ੋ ਕਰੇਗਾ? ਕਿ ਇੰਨੇ ਇਲੈਕਟ੍ਰੋਨ ਐਕਸੈਪਟ ਕੀਤੇ ਨੇ। ਕਿੰਨੇ ਇਲੈਕਟ੍ਰੋਨ ਐਕਸੈਪਟ ਕੀਤੇ ਨੇ? 3। ਸੋ -3 ਇਹਦੀ ਕੀ ਹੋਏਗੀ? ਇਲੈਕਟ੍ਰੋ ਵੈਲੈਂਸੀ ਹੋਏਗੀ। ਸੋ ਨਾਈਟ੍ਰੋਜਨ ਮੈਂਬਰਸ ਦੀ, ਨਾਈਟ੍ਰੋਜਨ ਫੈਮਿਲੀ ਜੋ ਕਿ ਹੈ ਗਰੁੱਪ ਨੰਬਰ 15, ਉਹਨਾਂ ਸਭ ਦੀ ਵੈਲੈਂਸੀ ਕੀ ਹੋਏਗੀ? -3। ਸੋ ਮੈਂ ਇੱਥੇ ਲਿਖ ਦੇਣਾ ਵਾ -3। ਨੈਕਸਟ ਆ ਗਿਆ ਗਰੁੱਪ 16, ਉਹਦੇ ਵੀ ਸਾਰੇ ਐਲੀਮੈਂਟਸ ਦੀ ਵੈਲੈਂਸੀ ਡਿਸਕਸ ਕਰਨ ਦੀ ਜਗ੍ਹਾ ਅਸੀਂ ਸਿਰਫ ਆਕਸੀਜਨ ਦੀ ਵੈਲੈਂਸੀ ਦੇਖ ਲੈਂਦੇ ਹਾਂ, ਕਿਉਂਕਿ ਉਹ ਕੀ ਹੈ? ਉਹਦਾ ਪਹਿਲਾ ਐਲੀਮੈਂਟ ਆਕਸੀਜਨ ਹੈ। ਜੋ ਆਕਸੀਜਨ ਦੀ ਵੈਲੈਂਸੀ ਹੋਏਗੀ ਉਹੀ ਸਾਰੀ ਐਲੀਮੈਂਟਸ ਦੀ ਵੈਲੈਂਸੀ ਹੋਏਗੀ। ਸੋ ਆਪਾਂ ਆਕਸੀਜਨ ਦੀ ਗੱਲ ਕਰਦੇ ਹਾਂ, ਆਕਸੀਜਨ ਦਾ ਐਟੋਮਿਕ ਨੰਬਰ ਕੀ ਹੁੰਦਾ ਹੈ? 8। ਸੋ ਇਹਦੇ ਜੇ ਆਪਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣ ਜਾਈਏ ਤਾਂ ਕੀ ਹੋਏਗੀ? 2.6। ਸੋ 2.6 ਕੀ ਹੁੰਦੀ? ਇਲੈਕਟ੍ਰੋਨਿਕ ਕਨਫੀਗਰੇਸ਼ਨ ਸਟੇਬਲ ਹੋਣ ਵਾਸਤੇ ਜਾਂ ਤਾਂ ਇਹ 2 ਇਲੈਕਟ੍ਰੋਨ ਐਕਸੈਪਟ ਕਰ ਲਏ ਤਾਂ ਕਿ ਇਹ 2-8 ਕਨਫੀਗਰੇਸ਼ਨ ਬਣਾ ਲਏ, ਜਾਂ 6 ਦੇ 6 ਇਲੈਕਟ੍ਰੋਨ ਲੂਜ਼ ਕਰਕੇ ਇਹ 2 ਕਨਫੀਗਰੇਸ਼ਨ ਬਣਾ ਸਕਦਾ ਹੈ। ਸੋ ਇਟ ਇਜ਼ ਵੈਰੀ ਓਬਵੀਅਸ ਕਿ 6 ਇਲੈਕਟ੍ਰੋਨ ਇਹਦੇ ਲਈ ਲੂਜ਼ ਕਰਨਾ ਜ਼ਿਆਦਾ ਮੁਸ਼ਕਿਲ ਹੋਏਗਾ। ਸੋ ਇਹ 2 ਇਲੈਕਟ੍ਰੋਨ ਐਕਸੈਪਟ ਜਲਦੀ ਕਰ ਲੂਗਾ। ਸੋ ਇਹਦੀ ਵੈਲੈਂਸੀ ਕੀ ਹੋਏਗੀ? -2। ਸੋ ਕਿਉਂਕਿ -2 ਲਿਖਿਆ, ਇਹਦਾ ਮਤਲਬ ਇਹਨੇ 2 ਇਲੈਕਟ੍ਰੋਨ ਕੀ ਕੀਤੇ ਨੇ? ਐਕਸੈਪਟ ਕੀਤੇ ਨੇ। ਸੋ ਗਰੁੱਪ 16 ਦੀ ਵੈਲੈਂਸੀ ਕੀ ਆ ਗਈ? -2। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਗਰੁੱਪ 17, ਜਿਹਦਾ ਪਹਿਲਾ ਐਲੀਮੈਂਟ ਕੀ ਹੈ? ਫਲੋਰੀਨ। ਸੋ ਜੋ ਫਲੋਰੀਨ ਦੀ ਵੈਲੈਂਸੀ ਹੋਏਗੀ ਉਹੀ ਸਾਰੇ ਐਲੀਮੈਂਟਸ ਦੀ ਵੈਲੈਂਸੀ ਹੋਏਗੀ। ਗਰੁੱਪ 17 ਨੂੰ ਅਸੀਂ ਹੈਲੋਜਨਸ ਵੀ ਬੋਲਦੇ ਹਾਂ, ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ ਅਤੇ ਐਸਟੇਟੀਨ ਇਹਦੇ ਐਲੀਮੈਂਟਸ ਨੇ। ਸੋ ਫਲੋਰੀਨ ਦੀ ਗੱਲ ਕਰੀਏ ਤਾਂ ਉਹਦਾ ਐਟੋਮਿਕ ਨੰਬਰ ਕੀ ਹੈ? 9। ਅਗਰ ਇਹਦੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੀਏ ਤਾਂ 2.7। ਸੋ ਇਹਦੇ ਲਈ ਜਾਂ ਤਾਂ ਇੱਕ ਇਲੈਕਟ੍ਰੋਨ ਐਕਸੈਪਟ ਕਰਕੇ 2-8 ਕਨਫੀਗਰੇਸ਼ਨ ਬਣਾ ਸਕਦਾ ਹੈ, ਜਾਂ ਆਪਣੇ 7 ਦੇ 7 ਇਲੈਕਟ੍ਰੋਨ ਲੂਜ਼ ਕਰਕੇ 2 ਕਨਫੀਗਰੇਸ਼ਨ ਲੈ ਕੇ ਵੀ ਇਹ ਸਟੇਬਲ ਹੋ ਸਕਦਾ ਹੈ। ਸੋ 7 ਇਲੈਕਟ੍ਰੋਨ ਲੂਜ਼ ਕਰਨਾ ਕਲੋਰੀਨ ਲਈ ਫਲੋਰੀਨ ਲਈ ਮੁਸ਼ਕਿਲ ਹੋਏਗਾ। ਸੋ ਇਹ ਕੀ ਕਰੇਗਾ? ਇੱਕ ਇਲੈਕਟ੍ਰੋਨ ਐਕਸੈਪਟ ਕਰਕੇ ਸਟੇਬਲ ਹੋ ਸਕਦਾ ਹੈ, 2-8 ਕਨਫੀਗਰੇਸ਼ਨ ਲੈ ਸਕਦਾ ਹੈ, ਕਿਉਂਕਿ ਇਹਨੇ 1 ਇਲੈਕਟ੍ਰੋਨ ਐਕਸੈਪਟ ਕੀਤਾ ਹੈ। ਐਕਸੈਪਟ ਦਾ ਮਤਲਬ ਨੈਗੇਟਿਵ ਸਾਈਨ, 1 ਇਲੈਕਟ੍ਰੋਨ ਐਕਸੈਪਟ ਕੀਤਾ ਤਾਂ 1 ਯੂਜ਼ ਕਰਾਂਗੇ। ਸੋ ਵੈਲੈਂਸੀ ਕੀ ਆ ਗਈ? -1। ਸੋ ਫਲੋਰੀਨ ਮੈਂਬਰਸ ਦੀ ਸਾਰਿਆਂ ਦੀ ਗਰੁੱਪ ਨੰਬਰ 17 ਦੀ ਵੈਲੈਂਸੀ ਕੀ ਆ ਗਈ? -1। ਹੁਣ ਆਪਾਂ ਡਿਸਕਸ ਕਰਦੇ ਹਾਂ ਲਾਸਟ ਗਰੁੱਪ, ਦੈਟ ਇਜ਼ ਗਰੁੱਪ ਨੰਬਰ 18, ਜੋ ਕਿ ਹੈ ਹੀਲੀਅਮ, ਉਹਦਾ ਪਹਿਲਾ ਮੈਂਬਰ। ਉਹਦੀ ਕਨਫੀਗਰੇਸ਼ਨ ਸਾਨੂੰ ਪਤਾ ਹੈ 2 ਹੀ ਹੋਏਗੀ, ਕਿਉਂਕਿ ਉਹਦਾ ਐਟੋਮਿਕ ਨੰਬਰ ਕੀ ਹੈ? 2। ਨਾ ਹੀ ਇਹਨੂੰ ਇਲੈਕਟ੍ਰੋਨ ਗੇਨ ਕਰਨ ਦੀ ਜ਼ਰੂਰਤ ਹੈ, ਨਾ ਹੀ ਇਲੈਕਟ੍ਰੋਨ ਲੂਜ਼ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਹ ਖੁਦ ਹੀ ਸਟੇਬਲ ਕਨਫੀਗਰੇਸ਼ਨ ਵਿੱਚ ਹੈ। ਸੋ ਇਹਦੀ ਵੈਲੈਂਸੀ ਕੀ ਹੋਏਗੀ? 0, ਕਿਉਂਕਿ ਨਾ ਹੀ ਇਹਨੂੰ ਇਲੈਕਟ੍ਰੋਨ ਲੂਜ਼ ਕਰਨ ਦੀ ਜ਼ਰੂਰਤ ਪਈ, ਨਾ ਹੀ ਗੇਨ ਕਰਨ ਦੀ। ਸੋ ਇਹਦੀ ਵੈਲੈਂਸੀ ਕੀ ਹੋ ਗਈ? 0। ਸੋ 0 ਹੈ ਗਰੁੱਪ ਨੰਬਰ 18 ਦੀ ਵੈਲੈਂਸੀ।
ਸੋ ਸਟੂਡੈਂਟਸ ਅੱਜ ਆਪਾਂ ਡਿਸਕਸ ਕੀਤਾ ਹੈ ਵੈਲੈਂਸੀ ਪਹਿਲਾ ਟੋਪਿਕ ਵੈਲੈਂਸੀ ਦਾ ਮਤਲਬ ਕੀ ਹੈ ਕਿੰਨੇ ਇਲੈਕਟ੍ਰੋਨ ਲੂਜ਼ ਕਰਕੇ ਜਾਂ ਗੇਨ ਕਰਕੇ ਇੱਕ ਐਲੀਮੈਂਟ ਸਟੇਬਲ ਕੋਨਫੀਗਰੇਸ਼ਨ ਜੋ ਕਿ ਹੈ 2 8 8 18 18 32 ਇੱਦਾਂ ਹੀ ਚਲਦੀ ਹੋਈ ਕੋਨਫੀਗਰੇਸ਼ਨ ਉਹ ਅਟੇਨ ਕਰ ਲਏ ਸੋ ਅਸੀਂ ਦੇਖਿਆ ਕਿ ਜਿਹੜਾ ਅਗਰ ਆਪਾਂ ਇੱਕ ਗਰੁੱਪ ਦੇ ਇੱਕ ਮੈਂਬਰ ਦੀ ਡਿਸਕਸ਼ਨ ਕਰ ਲਈਏ ਅਗਰ ਉਹਦੀ ਵੈਲੈਂਸੀ ਪਤਾ ਲੱਗ ਜਾਏ ਤਾਂ ਸਭ ਐਲੀਮੈਂਟਸ ਦੀ ਵੈਲੈਂਸੀ ਕੀ ਹੋਏਗੀ ਸੇਮ ਉਸੇ ਬੇਸਿਸ 'ਤੇ ਅਸੀਂ ਦੇਖਿਆ ਕਿ ਲੀਥੀਅਮ ਦੀ ਵੈਲੈਂਸੀ +1 ਸੋਡੀਅਮ ਦੀ ਵੀ ਵੈਲੈਂਸੀ +1 ਤੋ ਸਾਰੇ ਐਲੀਮੈਂਟ ਦੀ ਵੈਲੈਂਸੀ ਕੀ ਹੈ +1 ਗਰੁੱਪ 2 ਦੇ ਵਿੱਚ ਇਹ ਵੈਲੈਂਸੀ ਕੀ ਹੋਏਗੀ +2 ਮਤਲਬ ਬੀਰੇਲੀਅਮ ਮੈਗਨੀਸ਼ੀਅਮ ਕੈਲਸ਼ੀਅਮ ਸਟਰੋਂਚੀਅਮ ਬੇਰੀਅਮ ਅਤੇ ਰੇਡੋਨ ਦੀ ਸਭ ਦੀ ਵੈਲੈਂਸੀ ਕੀ ਹੋਏਗੀ +2 ਫਿਰ ਆਪਾਂ 3 or 12 ਦੇ ਐਲੀਮੈਂਟਸ ਦੀ ਡਿਸਕਸ਼ਨ ਨਹੀਂ ਕਰ ਰਹੇ ਫਿਰ ਆ ਗਏ ਗਰੁੱਪ ਨੰਬਰ 13 ਦੇ ਵਿੱਚ ਬੋਰੋਨ ਵੀ ਕਿਉਂਕਿ ਵੈਲੈਂਸੀ +3 ਸੀਗੀ ਇਸ ਕਰਕੇ ਸਾਰੇ ਐਲੀਮੈਂਟਸ ਦੀ ਵੈਲੈਂਸੀ ਕੀ ਆ ਗਈ +3 ਦੈਨ ਗਰੁੱਪ 14 ਦੀ ਗੱਲ ਕਰੀਏ ਤਾਂ ਕਾਰਬਨ ਉਹ 4 ਇਲੈਕਟ੍ਰੋਨ ਗੇਨ ਜਾਂ 4 ਇਲੈਕਟ੍ਰੋਨ ਲੂਜ਼ ਕਰਕੇ ਜਾਂ 4 ਇਲੈਕਟ੍ਰੋਨ ਸ਼ੇਅਰ ਕਰਕੇ ਆਪਣੀ ਕੋਨਫੀਗਰੇਸ਼ਨ ਨੂੰ ਕੀ ਕਰ ਸਕਦਾ ਸੀ ਸਟੇਬਲ ਅਸੀਂ ਪੜ੍ਹ ਚੁੱਕੇ ਹਾਂ ਕਿ ਕਾਰਬਨ ਹਮੇਸ਼ਾ ਕੋਵਲੈਂਟ ਕੰਪਾਊਂਡ ਬਣਾਉਂਦਾ ਹੈ ਕੋਵਲੈਂਟ ਦਾ ਮਤਲਬ ਨਾ ਹੀ ਉਹ ਇਲੈਕਟ੍ਰੋਨ ਲੂਜ਼ ਕਰੇਗਾ ਨਾ ਹੀ ਉਹ ਗੇਨ ਕਰੇਗਾ ਉਹ ਇਲੈਕਟ੍ਰੋਨ ਸ਼ੇਅਰ ਕਰਕੇ ਕੋਨਫੀਗਰੇਸ਼ਨ ਨੂੰ ਸਟੇਬਲ ਬਣਾ ਸਕਦਾ ਹੈ ਸੋ ਮੈਂ ਇੱਥੇ ਵਰਡ ਯੂਜ਼ ਕੀਤਾ ਹੈ 4 ਕਿਉਂਕਿ 4 ਕੀ ਰਿਪ੍ਰਜੈਂਟ ਕਰੇਗਾ ਸ਼ੇਅਰਿੰਗ ਆਫ ਇਲੈਕਟ੍ਰੋਨ ਦੈਨ ਆਪਾਂ ਨਾਈਟ੍ਰੋਜਨ ਦੀ ਗੱਲ ਕੀਤੀ ਤਾਂ ਉਹਦੀ ਵੈਲੈਂਸੀ ਕੀ ਆ ਗਈ -3 ਕਿਉਂਕਿ ਉਹ 3 ਇਲੈਕਟ੍ਰੋਨ ਐਕਸੈਪਟ ਕਰਕੇ ਸਟੇਬਲ ਹੋ ਸਕਦਾ ਸੀਗਾ ਸੋ ਜੋ ਨਾਈਟ੍ਰੋਜਨ ਦੀ ਵੈਲੈਂਸੀ ਹੈ ਉਹੀ ਸਾਰੇ ਐਲੀਮੈਂਟਸ ਦੀ ਵੈਲੈਂਸੀ ਆ ਗਈ ਗਰੁੱਪ 16 ਦੀ ਵੈਲੈਂਸੀ ਆ ਗਈ -2 ਇੱਦਾਂ ਹੀ ਗਰੁੱਪ 17 ਦੀ ਵੈਲੈਂਸੀ ਆ ਗਈ -1 ਬਟ ਗਰੁੱਪ 18 ਦੀ ਵੈਲੈਂਸੀ ਕੀ ਹੈ 0 ਕਿਉਂਕਿ ਉਹ ਆਲਰੇਡੀ ਸਟੇਬਲ ਕੋਨਫੀਗਰੇਸ਼ਨ ਵਿੱਚ ਹੈ ਸੋ ਗਰੁੱਪ 18 ਨੂੰ ਆਪਾਂ 0 ਗਰੁੱਪ ਐਸੀ ਕਰਕੇ ਹੀ ਕਹਿੰਦੇ ਹਾਂ ਕਿਉਂਕਿ ਉਹਦੀ ਵੈਲੈਂਸੀ ਕੀ ਹੈ 0 ਹੈ ਨੈਕਸਟ ਟਾਈਮ ਆਪਾਂ ਸ਼ੁਰੂ ਕਰਨ ਲੱਗੇ ਹਾਂ ਉਹ ਹੈ ਐਟੋਮਿਕ ਸਾਈਜ਼ ਸੋ ਐਟੋਮਿਕ ਸਾਈਜ਼ ਦਾ ਮਤਲਬ ਕੀ ਹੁੰਦਾ ਹੈ ਜੋ ਵੀ ਐਟਮ ਦਾ ਇੱਕ ਸਾਈਜ਼ ਹੈ ਉਹ ਕਿਸ ਤਰੀਕੇ ਨਾਲ ਅਸੀਂ ਡਿਟਰਮਾਈਨ ਕਰ ਸਕਦੇ ਹਾਂ ਸਪੋਜ਼ ਤੁਹਾਡਾ ਐਟਮ ਕੁਝ ਇਸ ਤਰੀਕੇ ਦਾ ਹੈ ਜਿਹਦੇ ਵਿੱਚ ਇਲੈਕਟ੍ਰੋਨ ਇੱਦਾਂ ਅਰੇਂਜ ਨੇ ਪਹਿਲੀ ਸ਼ੈਲੀ 'ਚ ਮੰਨ ਲਓ 2 ਇਲੈਕਟ੍ਰੋਨ ਹੈ ਦੂਸਰੀ ਸ਼ੈਲੀ 'ਚ ਮੰਨ ਲਓ ਇੱਕੋ ਇਲੈਕਟ੍ਰੋਨ ਹੈ ਤਾਂ ਅਗਰ ਮੈਨੂੰ ਇਹਦਾ ਐਟੋਮਿਕ ਸਾਈਜ਼ ਦੱਸਣਾ ਹੈ ਤਾਂ ਮੈਨੂੰ ਐਕਚੁਅਲੀ ਚਾਹੁੰਦੇ ਐਟੋਮਿਕ ਰੇਡੀਅਸ ਪਤਾ ਹੋਣਾ ਚਾਹੀਦਾ ਹੈ ਜੋ ਵੀ ਇਹਦਾ ਐਟੋਮਿਕ ਰੇਡੀਅਸ ਹੋਏਗਾ ਉਹੀ ਇਹਦਾ ਰਿਪ੍ਰਜੈਂਟ ਕਰੇਗਾ ਐਟੋਮਿਕ ਸਾਈਜ਼ ਅਸੀਂ ਅਸਿਊਮ ਕਰਦੇ ਹਾਂ ਐਟਮ ਕੀ ਹੈ ਇੱਕ ਸਫੈਰੀਕਲ ਹੈ ਸੋ ਐਟੋਮਿਕ ਸਾਈਜ਼ ਦਾ ਐਟੋਮਿਕ ਰੇਡੀਅਸ ਦਾ ਮਤਲਬ ਹੋ ਗਿਆ ਨਿਊਕਲੀਅਸ ਤੋਂ ਲੈ ਕੇ ਆਊਟਰ ਮੋਸਟ ਸ਼ੈਲ ਤੱਕ ਦਾ ਡਿਸਟੈਂਸ ਜੋ ਵੀ ਇਹ ਡਿਸਟੈਂਸ ਹੋਏਗਾ ਉਸ ਡਿਸਟੈਂਸ ਨੂੰ ਅਸੀਂ ਬੋਲਾਂਗੇ ਐਟੋਮਿਕ ਰੇਡੀਆ ਹੈ ਜਿੰਨਾ ਵੀ ਰੇਡੀਅਸ ਹੋਏਗਾ ਉਹਦੇ ਅਕੋਰਡਿੰਗ ਅਸੀਂ ਸਾਈਜ਼ ਦਾ ਆਈਡੀਆ ਦੇ ਸਕਦੇ ਹਾਂ ਸੋ ਜਦੋਂ ਵੀ ਤੁਹਾਨੂੰ ਕੋਈ ਬੋਲੇਗਾ ਐਟੋਮਿਕ ਸਾਈਜ਼ ਦੱਸੋ ਇਟ ਮੀਨਸ ਤੁਹਾਨੂੰ ਐਟੋਮਿਕ ਰੇਡੀਅਸ ਦੇਖਣ ਦੀ ਜ਼ਰੂਰਤ ਹੈ ਜੋ ਵੀ ਇਹਦਾ ਐਟੋਮਿਕ ਰੇਡੀਅਸ ਹੋਏਗਾ ਉਹਦੇ ਨਾਲ ਤੁਸੀਂ ਰਫ ਆਈਡੀਆ ਦੇ ਸਕਦੇ ਹੋ ਕਿ ਉਹਦਾ ਐਟੋਮਿਕ ਸਾਈਜ਼ ਕੀ ਹੋਏਗਾ ਕਿਉਂਕਿ ਅਸੀਂ ਅਸਿਊਮ ਕਰਦੇ ਹਾਂ ਐਟਮ ਕੀ ਹੈ ਸਫੈਰੀਕਲ ਹੈ ਐਟੋਮਿਕ ਰੇਡੀਆ ਦਾ ਮਤਲਬ ਕੀ ਹੈ ਨਿਊਕਲੀਅਸ ਤੋਂ ਲੈ ਕੇ ਆਊਟਰ ਮੋਸਟ ਸ਼ੈਲ ਤੱਕ ਦਾ ਡਿਸਟੈਂਸ ਬਟ ਇੱਕ ਆਈਸੋਲੇਟਿਡ ਐਟਮ ਆਈਸੋਲੇਟਿਡ ਦਾ ਮਤਲਬ ਇਕੱਲਾ ਹੀ ਐਟਮ ਪਿਆ ਦੇ ਨਾਲ ਕੋਈ ਹੋਰ ਐਟਮ ਨੇੜੇ ਤੇੜੇ ਨਹੀਂ ਪਿਆ ਤਾਂ ਐਟੋਮਿਕ ਰੇਡੀਅਸ ਦਾ ਮਤਲਬ ਉਸ ਟਾਈਮ 'ਤੇ ਕੀ ਹੋਏਗਾ ਨਿਊਕਲੀਅਸ ਤੋਂ ਲੈ ਕੇ ਆਊਟਰ ਮੋਸਟ ਸ਼ੈਲ ਤੱਕ ਦਾ ਡਿਸਟੈਂਸ ਸੋ ਜੇ ਮੈਨੂੰ ਐਟੋਮਿਕ ਰੇਡੀਆਈ ਪਤਾ ਲੱਗ ਗਿਆ ਤਾਂ ਮੈਂ ਦੱਸਦਾ ਵਾਂ ਐਟੋਮਿਕ ਸਾਈਜ਼ ਹੁਣ ਆਪਾਂ ਗੱਲ ਕਰਦੇ ਹਾਂ ਐਟੋਮਿਕ ਰੇਡੀਆਈ ਕਿਹਦੇ ਕਿਹਦੇ ਉੱਤੇ ਡਿਪੈਂਡ ਕਰਦਾ ਐਟੋਮਿਕ ਰੇਡੀਆਈ ਤੋ ਸਭ ਤੋਂ ਪਹਿਲਾਂ ਕਲੀਅਰ ਹੈ ਕਿ ਐਟੋਮਿਕ ਰੇਡੀਆਈ ਸ਼ੈਲਸ ਦੇ ਉੱਤੇ ਡਿਪੈਂਡ ਕਰ ਰਿਹਾ ਨੰਬਰ ਆਫ ਸ਼ੈਲਸ ਦੇ ਉੱਤੇ ਦੇਖੋ ਜੇ ਤਾਂ 2 ਸ਼ੈਲ ਨੇ ਤਾਂ ਇਹਦਾ ਰੇਡੀਅਸ ਇੰਨਾ ਹੋਊਗਾ ਜੇ ਮੰਨ ਲਓ 3 ਸ਼ੈਲ ਹੁੰਦੀਆਂ ਤਾਂ ਰੇਡੀਅਸ ਇੰਨਾ ਹੁੰਦਾ ਜੇ ਇੱਕੋ ਹੀ ਸ਼ੈਲ ਹੁੰਦੀ ਤਾਂ ਇਹਦਾ ਰੇਡੀਅਸ ਛੋਟਾ ਹੁੰਦਾ ਜੇ 2 ਸ਼ੈਲ ਨੇ ਤਾਂ ਇਹਦਾ ਰੇਡੀਅਸ ਇਹ ਰਿਪ੍ਰਜੈਂਟ ਕਰ ਰਿਹਾ ਜੇ ਇੱਕੋ ਹੀ ਸ਼ੈਲ ਹੁੰਦੀ ਤਾਂ ਇਹਦਾ ਰੇਡੀਅਸ ਸਿਰਫ ਇੰਨਾ ਕੁ ਹੁੰਦਾ ਸੋ ਇਟ ਮੀਨਸ ਐਟੋਮਿਕ ਰੇਡੀਆਈ ਕਿਹਦੇ ਉੱਤੇ ਡਿਪੈਂਡ ਕਰਦਾ ਹੈ ਨੰਬਰ ਆਫ ਸ਼ੈਲਸ ਉੱਤੇ ਦੂਸਰਾ ਫੈਕਟਰ ਜੋ ਹੈ ਉਹ ਹੈ ਸਕਰੀਨਿੰਗ ਇਫੈਕਟ ਜੋ ਕਿ ਹੁਣੇ ਆਪਾਂ ਡਿਸਕਸ ਕਰਾਂਗੇ
ਸਕਰੀਨਿੰਗ ਇਫੈਕਟ, ਤੇ ਤੀਸਰਾ ਜਿਹੜਾ ਫੈਕਟਰ ਹੈ ਉਹ ਹੈ ਨਿਊਕਲੀਅਰ ਚਾਰਜ। ਨਿਊਕਲੀਅਰ ਚਾਰਜ ਵੀ ਕਹਿ ਸਕਦੇ ਹੋ ਜਾਂ ਨਿਊਕਲੀਅਰ ਫੋਰਸ ਜਿਵੇਂ ਕਿ ਗੱਲ ਕਰ ਸਕਦੇ ਹੋ। ਹੁਣ ਪਹਿਲਾਂ ਆਪਾਂ ਸਕਰੀਨਿੰਗ ਇਫੈਕਟ ਨੂੰ ਛੱਡ ਕੇ ਮੈਂ ਤੁਹਾਨੂੰ ਸਮਝਾਉਣ ਜਾ ਰਿਹਾ ਵਾਂ ਨਿਊਕਲੀਅਰ ਚਾਰਜ ਜਾਂ ਨਿਊਕਲੀਅਰ ਫੋਰਸ ਦਾ ਕੀ ਇਫੈਕਟ ਹੈ। ਨਿਊਕਲੀਅਰ ਚਾਰਜ ਦਾ ਮਤਲਬ ਹੈ ਜੋ ਨਿਊਕਲੀਅਸ ਉੱਤੇ ਚਾਰਜ ਹੈ, ਕਿਉਂਕਿ ਨਿਊਕਲੀਅਸ ਪੋਜ਼ਿਟਿਵਲੀ ਚਾਰਜ ਹੈ, ਇਹਦੇ ਵਿੱਚ ਕੀ ਪਏ ਨੇ ਪ੍ਰੋਟੋਨਸ ਐਂਡ ਨਿਊਟ੍ਰੋਨਸ। ਤੋ ਅਗਰ ਮੰਨ ਲਓ ਨਿਊਕਲੀਅਸ ਦੇ ਵਿੱਚ ਜ਼ਿਆਦਾ ਪ੍ਰੋਟੋਨਸ ਪਏ ਨੇ, ਸੋ ਕੀ ਕਰੇਗਾ, ਇਲੈਕਟ੍ਰੋਨ ਨੂੰ ਜ਼ਿਆਦਾ ਆਪਣੀ ਤਰਫ ਖਿੱਚ ਕੇ ਰੱਖੂਗਾ। ਜੋ ਖਿੱਚ ਕੇ ਰੱਖੂਗਾ ਤਾਂ ਤੁਹਾਡਾ ਸਾਈਜ਼ ਜਿਹੜਾ ਹੈ ਘੱਟ ਜੂਗਾ। ਅਗਰ ਤੁਹਾਡੀ ਨਿਊਕਲੀਅਰ ਫੋਰਸ ਘੱਟ ਹੈ ਤਾਂ ਉਹ ਇਲੈਕਟ੍ਰੋਨ ਨੂੰ ਜ਼ਿਆਦਾ ਖਿੱਚ ਕੇ ਨਹੀਂ ਰੱਖੇਗਾ, ਸੋ ਸਾਈਜ਼ ਜਿਹੜਾ ਹੈ ਜਿੰਨੀ ਦੂਰ ਵੀ ਜਾਣਾ ਚਾਹੁੰਦੇ ਨੇ ਇਲੈਕਟ੍ਰੋਨ ਜਾ ਸਕਣਗੇ। ਸੋ ਇਟ ਮੀਨਸ ਜਿੰਨਾ ਜ਼ਿਆਦਾ ਨਿਊਕਲੀਅਰ ਚਾਰਜ ਹੋਏਗਾ ਓਨੀਆਂ ਸ਼ੈਲਸ ਨਿਊਕਲੀਅਸ ਦੀ ਤਰਫ ਜਾਣਗੀਆਂ, ਜਿਹਦੇ ਕਰਕੇ ਤੁਹਾਡਾ ਸਾਈਜ਼ ਮਤਲਬ ਐਟੋਮਿਕ ਰੇਡੀਆਈ ਘੱਟ ਜਾਊਗਾ। ਜੇ ਨਿਊਕਲੀਅਸ ਉੱਤੇ ਚਾਰਜ ਘੱਟ ਹੈ ਤਾਂ ਇਹ ਲਾਸਟ ਵਾਲੀ ਸ਼ੈਲ ਜਿੰਨੀ ਦੂਰ ਜਾਣਾ ਚਾਹੁੰਦੀ ਹੈ, ਬਟ ਇੱਕ ਲਿਮਿਟ ਹੋਏਗੀ ਓਬਵੀਅਸਲੀ, ਬਟ ਜਿੰਨੀ ਜ਼ਿਆਦਾ ਪੋਸੀਬਲ ਹੈ ਦੂਰ ਜਾ ਸਕਦੀ ਹੈ ਓਨੀ ਜਾਏਗੀ, ਤਾਂ ਉਹਦੇ ਨਾਲ ਤੁਹਾਡਾ ਸਾਈਜ਼ ਕੀ ਹੋ ਜਾਏਗਾ, ਵੱਧ ਜਾਏਗਾ, ਕਿਉਂਕਿ ਐਟੋਮਿਕ ਰੇਡੀਆਈ ਕੀ ਹੋ ਜੂਗਾ, ਵੱਧ ਜੂਗਾ। ਸੋ ਇਨ ਸ਼ੋਰਟ ਅਸੀਂ ਕਹਿੰਦੇ ਹਾਂ ਐਟੋਮਿਕ ਰੇਡੀਆਈ ਕਿਹਦੇ ਕਿਹਦੇ ਉੱਤੇ ਡਿਪੈਂਡ ਕਰਦਾ ਹੈ, ਨੰਬਰ ਆਫ ਸ਼ੈਲਸ ਉੱਤੇ, ਸਕਰੀਨਿੰਗ ਇਫੈਕਟ ਜੋ ਕਿ ਹਾਲੇ ਆਪਾਂ ਨਹੀਂ ਡਿਸਕਸ ਕੀਤਾ, ਅਤੇ ਇੱਕ ਆਪਾਂ ਕੀਤਾ ਹੈ ਨਿਊਕਲੀਅਰ ਚਾਰਜ। ਇਫ ਦਾ ਨੰਬਰ ਆਫ ਸ਼ੈਲਸ ਇਨ ਐਨ ਐਟਮ ਆਰ ਮੋਰ, ਦੈਨ ਤੁਸੀਂ ਕਹੋਗੇ ਕਿ ਉਹਦੇ ਰੇਡੀਆਈ ਕੀ ਹੋਏਗਾ, ਜ਼ਿਆਦਾ, ਕਿਉਂਕਿ ਸ਼ੈਲਸ ਜਿੰਨੀਆਂ ਜ਼ਿਆਦਾ ਹੋਣਗੀਆਂ ਉਨਾ ਹੀ ਨਿਊਕਲੀਅਸ ਤੋਂ ਆਊਟਰ ਮੋਸਟ ਸ਼ੈਲ ਤੱਕ ਦਾ ਡਿਸਟੈਂਸ ਵੱਧਦਾ ਜਾਊਗਾ, ਮਤਲਬ ਐਟੋਮਿਕ ਰੇਡੀਆਈ ਵੱਧ ਜਾਊਗਾ। ਅਗਰ ਐਟੋਮਿਕ ਰੇਡੀਆਈ ਵੱਧ ਗਿਆ ਤਾਂ ਤੁਸੀਂ ਕਹੋਗੇ ਐਟਮ ਦਾ ਸਾਈਜ਼ ਕੀ ਹੋ ਗਿਆ, ਵੱਧ ਗਿਆ। ਨਿਊਕਲੀਅਰ ਚਾਰਜ ਦਾ ਮਤਲਬ ਹੈ ਜਿੰਨਾ ਵੀ ਨਿਊਕਲੀਅਸ ਉੱਤੇ ਚਾਰਜ ਹੈ, ਜੇ ਨਿਊਕਲੀਅਸ ਦੇ ਅੰਦਰ ਘੱਟ ਚਾਰਜ ਹੈ ਤਾਂ ਉਹ ਸ਼ੈਲਸ ਨੂੰ ਮਤਲਬ ਇਲੈਕਟ੍ਰੋਨਸ ਜਿਹੜੇ ਸ਼ੈਲ ਦੇ ਵਿੱਚ ਪਏ ਨੇ ਉਹਨਾਂ ਨੂੰ ਜ਼ਿਆਦਾ ਅਟਰੈਕਟ ਨਹੀਂ ਕਰੇਗਾ, ਤਾਂ ਸ਼ੈਲ ਜਿੰਨੀਆਂ ਦੂਰ ਜਾਣਾ ਚਾਹ ਸਕਦੀਆਂ ਨੇ ਜਾ ਸਕਦੀਆਂ ਨੇ, ਜਿਹਦੇ ਨਾਲ ਤੁਹਾਡਾ ਸਾਈਜ਼ ਵੱਧ ਜਾਏਗਾ, ਮਤਲਬ ਐਟੋਮਿਕ ਰੇਡੀਆਈ ਵੱਧ ਜਾਏਗਾ। ਬਟ ਅਗਰ ਨਿਊਕਲੀਅਰ ਚਾਰਜ ਜ਼ਿਆਦਾ ਹੈ ਤਾਂ ਸ਼ੈਲਸ ਉਹਦੀ ਤਰਫ ਅਟਰੈਕਟ ਹੋਣਗੀਆਂ ਨਿਊਕਲੀਅਸ ਦੀ ਤਰਫ, ਜਿਹਦੇ ਕਰਕੇ ਤੁਹਾਡਾ ਨਿਊਕਲੀਅਸ ਦੇ ਇਫੈਕਟ ਕਰਕੇ ਤੁਹਾਡਾ ਐਟੋਮਿਕ ਰੇਡੀਆਈ ਘੱਟ ਜੂਗਾ, ਜਿਹਦੇ ਕਰਕੇ ਸਾਈਜ਼ ਕੀ ਹੋ ਜੂਗਾ, ਘੱਟ ਜੂਗਾ। ਸੋ ਇਹ ਤਿੰਨ ਫੈਕਟਰਸ ਨੇ ਜਿਹਨਾਂ ਵਿੱਚੋਂ ਇੱਕ ਔਰ ਦੋ ਫੈਕਟਰ ਮੈਂ ਦੱਸ ਦਿੱਤੇ ਨੇ। ਹੁਣ ਆਪਾਂ ਡਿਸਕਸ ਕਰਦੇ ਹਾਂ ਥਰਡ ਫੈਕਟਰ ਜੋ ਕਿ ਹੈ ਸਕਰੀਨਿੰਗ ਇਫੈਕਟ। ਸਕਰੀਨਿੰਗ ਇਫੈਕਟ ਨੂੰ ਡਿਸਕਸ ਕਰਨ ਲਈ ਮੈਂ ਕੋਈ ਵੀ ਦੋ ਐਟਮ ਦੀ ਐਗਜ਼ਾਮਪਲ ਲੈਂਦਾ। ਸੋ ਆਪਾਂ ਐਗਜ਼ਾਮਪਲ ਲੈਂਦੇ ਹਾਂ, ਸਪੋਜ਼ ਮੈਂ ਦੋ ਐਟਮ ਡਰਾਅ ਕਰ ਰਿਹਾ, ਇੱਕ ਐਟਮ ਸਪੋਜ਼ ਏ ਹੈ ਔਰ ਇੱਕ ਐਟਮ ਹੈ ਬੀ ਹੈ। ਦੋਨੋਂ ਵੈਸੇ ਤਾਂ ਦੂਰ ਦੂਰ ਹੀ ਪਏ ਨੇ, ਅਜ਼ਿਊਮ ਕਰਨਾ ਬਹੁਤ ਦੂਰ ਪਏ ਨੇ, ਨਹੀਂ ਤਾਂ ਜੇ ਨੇੜੇ ਨੇੜੇ ਹੋਣਗੇ ਤਾਂ ਇੱਕ ਦੂਜੇ ਦੇ ਇਫੈਕਟ ਕਰਕੇ ਇਹਨਾਂ ਐਟੋਮਿਕ ਰੇਡੀਆਈ 'ਤੇ ਅਸਰ ਪਊਗਾ। ਐਸ ਸਪੋਜ਼ ਕਰੋ ਐਟਮ ਬਹੁਤ ਦੂਰ ਹੈ, ਇਹ ਐਟਮ ਵੀ ਬਹੁਤ ਦੂਰ ਹੈ, ਸਪੋਜ਼ ਐਟਮ ਹੈ ਏ ਔਰ ਐਟਮ ਹੈ ਬੀ। ਪਹਿਲੇ ਐਟਮ ਦੇ ਵਿੱਚ ਇਲੈਕਟ੍ਰੋਨ ਇਸ ਤਰੀਕੇ ਨਾਲ ਨੇ, ਦੂਸਰੇ ਐਟਮ ਦੇ ਵਿੱਚ ਇਲੈਕਟ੍ਰੋਨ ਜਿਹੜੇ ਨੇ ਕੁਛ ਇਸ ਤਰੀਕੇ ਨਾਲ ਨੇ, ਠੀਕ ਹੈ। ਸੋ ਅਸੀਂ ਟਰਮ ਇੰਟਰੋਡਿਊਸ ਕਰ ਰਹੇ ਹਾਂ ਸਕਰੀਨਿੰਗ ਇਫੈਕਟ। ਸਕਰੀਨਿੰਗ ਇਫੈਕਟ ਦਾ ਮਤਲਬ ਕੀ ਹੁੰਦਾ ਹੈ, ਦੇਖੋ ਅਗਰ ਮੈਂ ਇੱਥੇ ਦੀ ਗੱਲ ਕਰਾਂ ਨਿਊਕਲੀਅਸ, ਨਿਊਕਲੀਅਸ ਜਿਹੜਾ ਹੈ ਹਮੇਸ਼ਾ ਚਾਹੇਗਾ ਇਲੈਕਟ੍ਰੋਨ ਨੂੰ ਆਪਣੀ ਤਰਫ ਖਿੱਚਣਾ, ਇਹ ਵਾਲੇ ਇਲੈਕਟ੍ਰੋਨਸ ਨੂੰ ਵੀ ਆਪਣੀ ਤਰਫ ਖਿੱਚੇਗਾ, ਅਤੇ ਜਿਹੜਾ ਦੂਸਰੀ ਸ਼ੈਲੀ 'ਚ ਪਿਆ ਉਹਨੂੰ ਵੀ ਇਲੈਕਟ੍ਰੋਨਸ ਨੂੰ ਆਪਣੀ ਤਰਫ ਖਿੱਚਣ ਦੀ ਕੋਸ਼ਿਸ਼ ਕਰੇਗਾ। ਬਟ ਜਿਹੜੀ ਆਹ ਵਾਲੀ ਸ਼ੈਲ ਹੈ ਉਹ ਹਮੇਸ਼ਾ ਪ੍ਰੋਟੈਕਟ ਕਰਨਾ ਚਾਹੁੰਦੀ ਹੈ ਇਸ ਇਲੈਕਟ੍ਰੋਨ ਨੂੰ, ਤਾਂ ਦੈਟ ਇਫੈਕਟ ਇਜ਼ ਕਾਲਡ ਐ ਸਕਰੀਨਿੰਗ ਇਫੈਕਟ। ਜਿਵੇਂ ਕਿ ਆ ਨਿਊਕਲੀਅਸ ਹੈ, ਨਿਊਕਲੀਅਸ ਦਾ ਅਸਰ ਹਰ ਪਾਸੇ ਹੋਏਗਾ, ਬਟ ਜੇ ਅੰਦਰ ਵਾਲੀ ਸ਼ੈਲ ਬਚਾ ਰਹੀ ਹੈ ਦੂਸਰੀ ਵਾਲੀ ਸ਼ੈਲ ਨੂੰ, ਤਾਂ ਉਹਨੂੰ ਆਪਾਂ ਬੋਲਦੇ ਹਾਂ ਸਕਰੀਨਿੰਗ ਇਫੈਕਟ। ਜਿਵੇਂ ਕਿ ਇਸ ਕੇਸ ਵਿੱਚ ਵੀ ਗੱਲ ਕਰੀਏ ਤਾਂ ਆਹ ਤੁਹਾਡਾ ਨਿਊਕਲੀਅਸ ਹੈ, ਅੰਦਰ ਵਾਲੀ ਸ਼ੈਲ ਔਰ ਬਾਹਰ ਵਾਲੀ ਸ਼ੈਲ, ਅਤੇ ਉਸ ਤੋਂ ਬਾਹਰ ਵਾਲੀ ਸ਼ੈਲ ਦੀ ਵੀ ਗੱਲ ਕਰੀਏ, ਇੱਥੇ ਕਿੰਨੇ ਇਲੈਕਟ੍ਰੋਨਸ ਹੋਣਗੇ, 8 ਇਲੈਕਟ੍ਰੋਨ ਹੋਣਗੇ, 1, 2, 3, 1, 2, 3, 4, 5, 6, 7, 8। ਸੋ ਇਸ ਨਿਊਕਲੀਅਸ ਦੇ ਇਫੈਕਟ ਨੂੰ ਪਹਿਲਾਂ ਤਾਂ ਆਹ ਸ਼ੈਲ ਵੀ ਬਚਾ ਰਹੀ ਹੈ, ਆਹ ਸ਼ੈਲ ਵੀ ਕੀ ਕਰ ਰਹੀ ਹੈ,
ਬਚਾ ਰਹੀ ਹੈ ਲਾਸਟ ਵਾਲੀ ਸ਼ੈਲ ਨੂੰ। ਲਾਸਟ ਵਾਲੀ ਸ਼ੈਲ ਕਿਹੜੀ ਹੈ? ਆਹ ਵਾਲੀ ਹੈ, ਇਹ ਲਾਸਟ ਸ਼ੈਲ ਹੈ ਸਾਡੀ। ਤੋ ਨਿਊਕਲੀਅਸ, ਨਿਊਕਲੀਅਸ ਚਾਹੁੰਦਾ ਹੈ ਲਾਸਟ ਵਾਲੀ ਸ਼ੈਲ ਤੱਕ ਆਪਣਾ ਅਸਰ ਦਿਖਾਉਣਾ, ਬਟ ਕਿਉਂਕਿ ਅੰਦਰ ਵਾਲੀ ਸ਼ੈਲ ਜਿਹੜੀਆਂ ਨੇ ਉਹ ਕੀ ਕਰ ਰਹੀਆਂ ਨੇ, ਅਸਰ ਨੂੰ ਘਟਾ ਰਹੀਆਂ ਨੇ, ਕਿਉਂਕਿ ਉਹਨਾਂ 'ਚ ਕੀ ਆ, ਇਲੈਕਟ੍ਰੋਨਸ ਪਏ ਨੇ। ਸੋ ਇਹ ਇਲੈਕਟ੍ਰੋਨ ਕੀ ਕਰਨਗੇ, ਖੁਦ ਅਟਰੈਕਟ ਹੋ ਜਾਣਗੇ, ਉਹ ਪ੍ਰੀਵੈਂਟ ਕਰਨਗੇ ਬਾਹਰ ਵਾਲੀ ਸ਼ੈਲ ਦੇ ਇਲੈਕਟ੍ਰੋਨ ਨੂੰ ਅਟਰੈਕਟ ਹੋਣ ਲਈ। ਤੋ ਦੈਟ ਇਫੈਕਟ ਇਜ਼ ਕਾਲਡ ਐ ਸਕਰੀਨਿੰਗ ਇਫੈਕਟ। ਹੁਣ ਗੱਲ ਕਰੀਏ ਕਿ ਏ 'ਚ ਸਕਰੀਨਿੰਗ ਇਫੈਕਟ ਜ਼ਿਆਦਾ ਹੈ ਕਿ ਬੀ 'ਚ ਸਕਰੀਨਿੰਗ ਇਫੈਕਟ ਜ਼ਿਆਦਾ ਹੈ, ਉਹਦੇ ਡਿਸਕਸ਼ਨ ਅਸੀਂ ਕਰਦੇ ਹਾਂ। ਸਕਰੀਨਿੰਗ ਦਾ ਮਤਲਬ ਕੀ ਹੈ ਕਿ ਬਾਹਰ ਵਾਲੀ ਸ਼ੈਲ ਨੂੰ ਅੰਦਰ ਵਾਲੀ ਸ਼ੈਲ ਜਿਹੜੀਆਂ ਨੇ ਬਚਾ ਰਹੀਆਂ ਨੇ ਨਿਊਕਲੀਅਰ ਫੋਰਸ ਤੋਂ। ਸੋ ਪਹਿਲੀ ਵਾਲੀ ਸ਼ੈਲ ਦੀ ਗੱਲ, ਅਗਰ ਮੈਂ ਪਹਿਲਾਂ ਐਟਮ ਏ ਦੀ ਗੱਲ ਕਰਾਂ, ਤੋ ਇਹ ਰਿਹਾ ਨਿਊਕਲੀਅਸ, ਅਤੇ ਇਹ ਰਿਹਾ ਵੈਲੈਂਸ ਸ਼ੈਲ। ਵੈਲੈਂਸ ਸ਼ੈਲ ਦਾ ਮਤਲਬ ਆਊਟਰ ਸ਼ੈਲ। ਤੋ ਆਊਟਰ ਸ਼ੈਲ ਦੇ ਨਿਊਕਲੀਅਸ ਤੋਂ ਆਊਟਰ ਸ਼ੈਲ ਨੂੰ ਕੌਣ ਬਚਾ ਰਿਹਾ? ਸਿਰਫ ਇੱਕੋ ਹੀ ਸ਼ੈਲ ਹੈ ਜੋ ਕਿ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਗਰ ਮੈਂ ਇਸ ਬੀ ਦੀ ਐਟਮ ਦੀ ਗੱਲ ਕਰਾਂ, ਤਾਂ ਇਹਦੇ ਵਿੱਚ ਕੀ, ਆਊਟਰ ਮੋਸਟ ਸ਼ੈਲ ਨੂੰ ਨਿਊਕਲੀਅਸ ਦੇ ਅਸਰ ਤੋਂ ਕੌਣ ਕੌਣ ਬਚਾ ਰਹੀ ਹੈ? ਇੱਕ ਸ਼ੈਲ ਆਹ ਵਾਲੀ, ਦੂਸਰੀ ਸ਼ੈਲ ਆਹ ਵਾਲੀ। ਸੋ ਇੱਥੇ ਦੋ ਸ਼ੈਲਸ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਆਊਟਰ ਮੋਸਟ ਸ਼ੈਲ ਨੂੰ ਨਿਊਕਲੀਅਸ ਦੇ ਇਫੈਕਟ ਤੋਂ। ਇੱਥੇ ਇੱਕੋ ਹੀ ਸ਼ੈਲ ਹੈ ਜਿਹੜੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਿਊਕਲੀਅਸ ਤੋਂ ਬਾਹਰ ਵਾਲੀ ਸ਼ੈਲ ਦੇ ਇਫੈਕਟ ਤੋਂ। ਤੋ ਦੋਨਾਂ ਦੇ ਵਿੱਚ ਤੁਸੀਂ ਆਪ ਸਮਝਦਾਰ ਹੋ ਕਿ ਕਿਹਦੇ ਵਿੱਚ ਇਫੈਕਟ ਜ਼ਿਆਦਾ ਆ ਰਿਹਾ ਹੈ, ਬੀ ਦੇ ਵਿੱਚ। ਸੋ ਬੀ ਦੇ ਵਿੱਚ ਇਫੈਕਟ ਜ਼ਿਆਦਾ ਹੋਣ ਕਰਕੇ ਇਹਦਾ ਸਕਰੀਨਿੰਗ ਇਫੈਕਟ ਕੀ ਹੋਏਗਾ? ਜ਼ਿਆਦਾ। ਸਕਰੀਨਿੰਗ ਇਫੈਕਟ ਜ਼ਿਆਦਾ ਹੋਣ ਕਰਕੇ ਤੁਹਾਡੀ ਜਿਹੜੀ ਲਾਸਟ ਵਾਲੀ ਸ਼ੈਲ ਹੈ ਉਹਨੂੰ ਨਿਊਕਲੀਅਸ ਆਪਣੀ ਤਰਫ ਨਹੀਂ ਖਿੱਚ ਪਾ ਰਿਹਾ। ਸੋ ਇਹ ਸ਼ੈਲ ਜਿੰਨਾ ਦੂਰ ਜਾਣਾ ਚਾਹੁੰਦੀ ਹੈ ਜਾ ਸਕਦੀ ਹੈ। ਜੇ ਇਹ ਸ਼ੈਲ ਮੰਨ ਲਓ ਇੱਥੋਂ ਦੀ ਇੱਥੇ ਵੀ ਸ਼ਿਫਟ ਹੋ ਜਾਏ ਤਾਂ ਵੀ ਕੋਈ ਫਰਕ ਨਹੀਂ ਪਊਗਾ, ਕਿਉਂਕਿ ਨਿਊਕਲੀਅਸ ਨੇ ਇਹਦੇ ਉੱਤੇ ਕੋਈ ਅਸਰ ਜ਼ਿਆਦਾ ਨਹੀਂ ਦਿਖਾਉਣਾ। ਸੋ ਇਟ ਮੀਨਸ ਇਹਦਾ ਸਾਈਜ਼ ਕੀ ਹੋ ਗਿਆ? ਵੱਧ ਗਿਆ। ਸੋ ਸਕਰੀਨਿੰਗ ਇਫੈਕਟ ਦਾ ਮਤਲਬ ਕੀ ਹੁੰਦਾ ਹੈ? ਇਨਰ ਸ਼ੈਲ ਆਫ ਇਲੈਕਟ੍ਰੋਨਸ ਜਿਹੜੇ ਨੇ ਅਗਰ ਪ੍ਰੀਵੈਂਟ ਕਰਦੇ ਨੇ ਵੈਲੈਂਸ ਇਲੈਕਟ੍ਰੋਨ ਨੂੰ ਇੱਕ ਨਿਊਕਲੀਅਰ ਫੋਰਸ ਤੋਂ, ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ? ਸਕਰੀਨਿੰਗ ਇਫੈਕਟ। ਜਿਵੇਂ ਕਿ ਇਹਨਾਂ ਦੋਨਾਂ ਹੀ ਸਕਰੀਨਿੰਗ ਇਫੈਕਟ ਹੋ ਰਿਹਾ ਸੀਗਾ, ਇਸ ਕੇਸ ਵਿੱਚ ਵੀ ਜਿਹੜੀ ਆਊਟਰ ਮੋਸਟ ਸ਼ੈਲ ਹੈ ਉਹਨੂੰ ਅੰਦਰਲੀ ਸ਼ੈਲ ਬਚਾ ਰਹੀ ਹੈ ਨਿਊਕਲੀਅਸ ਤੋਂ, ਅਤੇ ਇੱਥੇ ਵੀ ਆਊਟਰ ਮੋਸਟ ਸ਼ੈਲ ਨੂੰ ਅੰਦਰਲੀਆਂ ਸ਼ੈਲਸ ਬਚਾ ਰਹੀਆਂ ਨੇ, ਬਟ ਇੱਥੇ ਦੋ ਸ਼ੈਲਸ ਬਚਾ ਰਹੀਆਂ ਨੇ, ਇੱਥੇ ਇੱਕ ਸ਼ੈਲ ਬਚਾ ਰਹੀ ਹੈ। ਸੋ ਸਕਰੀਨਿੰਗ ਕਿੰਦੀ ਜ਼ਿਆਦਾ ਹੋਈ? ਬੀ ਵਾਲੇ ਦੀ ਜ਼ਿਆਦਾ ਹੋਈ, ਜਿਹਦੇ ਕਰਕੇ ਜਿਹੜਾ ਲਾਸਟ ਵਾਲੀ ਸ਼ੈਲ ਹੈ ਉਹ ਜਿੰਨੀ ਦੂਰ ਜਾਣਾ ਚਾਹ ਸਕਦੀ ਹੈ ਜਾ ਸਕਦੀ ਹੈ, ਤਾਂ ਇਹਨਾਂ ਤਾਂ ਉਹਦੇ ਲਈ ਰੇਡੀਆਈ ਕੀ ਹੋ ਜਾਏਗਾ? ਵੱਧ ਜਾਏਗਾ। ਸੋ ਸਕਰੀਨਿੰਗ ਇਫੈਕਟ ਨਾਲ ਰੇਡੀਅਸ ਵੱਧ ਜਾਂਦਾ ਹੈ। ਅਗਰ ਰੇਡੀਅਸ ਵੱਧ ਜਾਏਗਾ ਤਾਂ ਤੁਹਾਡਾ ਸਾਈਜ਼ ਵੀ ਕੀ ਹੋ ਜਾਏਗਾ? ਐਟੋਮਿਕ ਰੇਡੀਆਈ ਵੱਧ ਜਾਏਗਾ। ਅਗਰ ਐਟੋਮਿਕ ਰੇਡੀਆਈ ਵੱਧ ਗਿਆ, ਇਟ ਮੀਨਸ ਐਟੋਮਿਕ ਸਾਈਜ਼ ਵੀ ਕੀ ਹੋ ਜਾਊਗਾ? ਵੱਧ ਜਾਊਗਾ। ਸੋ ਸਟੂਡੈਂਟਸ, ਅੱਜ ਆਪਾਂ ਪੀਰੀਓਡਿਕ ਟੇਬਲ ਨੂੰ ਇੱਕ ਵਾਰ ਦੁਬਾਰਾ ਤੋਂ ਦੇਖਿਆ, ਵੈਲੈਂਸੀ ਡਿਸਕਸ ਕੀਤੀ ਹੈ, ਅਸੀਂ ਇਹ ਕੰਕਲੂਡ ਕੀਤਾ ਕਿ ਗਰੁੱਪ ਮੈਂਬਰ ਦੀ ਸਭ ਦੀ ਵੈਲੈਂਸੀ ਕੀ ਰਹਿੰਦੀ ਹੈ? ਸੇਮ। ਵੈਲੈਂਸੀ ਦਾ ਮਤਲਬ ਹੈ ਕੰਬਾਈਨਿੰਗ ਕਪੈਸਿਟੀ ਆਫ ਐਨ ਐਲੀਮੈਂਟ, ਜੋ ਕਿ ਡਿਪੈਂਡ ਕਰਦੀ ਹੈ ਉਹਦੇ ਵੈਲੈਂਸ ਇਲੈਕਟ੍ਰੋਨ ਉੱਤੇ, ਕਿੰਨੇ ਇਲੈਕਟ੍ਰੋਨਸ ਉਹ ਲੂਜ਼ ਕਰਕੇ ਜਾਂ ਗੇਨ ਕਰਕੇ ਸਟੇਬਲ ਕੌਨਫੀਗਰੇਸ਼ਨ ਲੈ ਸਕਦਾ ਹੈ, ਉਹੀ ਕੀ ਹੋਏਗੀ? ਉਹਦੀ ਵੈਲੈਂਸੀ ਹੋਏਗੀ। ਅਸੀਂ ਸਾਰੇ ਗਰੁੱਪਸ ਦੀ ਵੈਲੈਂਸੀ ਨੂੰ ਡਿਸਕਸ ਕੀਤਾ, ਨਾਲ ਅਸੀਂ ਇੱਕ ਟੋਪਿਕ ਇੰਟਰੋਡਿਊਸ ਕੀਤਾ ਹੈ ਐਟੋਮਿਕ ਰੇਡੀਆਈ। ਅਸੀਂ ਦੇਖਿਆ ਐਟੋਮਿਕ ਰੇਡੀਆਈ ਤਿੰਨ ਫੈਕਟਰਸ ਉੱਤੇ ਡਿਪੈਂਡ ਕਰਦਾ ਹੈ, ਇੱਕ ਹੈ ਨੰਬਰ ਆਫ ਸ਼ੈਲਸ, ਦੂਸਰਾ ਹੈ ਸਕਰੀਨਿੰਗ ਇਫੈਕਟ, ਫਿਰ ਹੈ ਨਿਊਕਲੀਅਰ ਚਾਰਜ ਜਾਂ ਨਿਊਕਲੀਅਰ ਫੋਰਸ। ਨੈਕਸਟ ਕਲਾਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਗਰੁੱਪਸ ਦੇ ਵਿੱਚ ਔਰ ਪੀਰੀਅਡਸ ਦੇ ਵਿੱਚ ਮੂਵ ਕਰਦੇ ਹੋਏ ਐਟੋਮਿਕ ਸਾਈਜ਼ ਦੇ ਉੱਤੇ ਕੀ ਅਸਰ ਪੈਂਦਾ ਹੈ। ਸੋ ਅੱਜ ਦਾ ਟੋਪਿਕ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਧੰਨਵਾਦ।